ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਜੀਕੇ ਅਕੈਡਮੀ ਪੰਜਾਬ 'ਤੇ। ਦੋਸਤੋ, ਅੱਜ ਆਪਾਂ ਤੁਹਾਡੇ ਲਈ ਜੋ ਆਪਣੇ ਫ੍ਰੀ ਦੇ ਕਰੰਟ ਅਫੇਅਰਸ ਦੀ ਸੀਰੀਜ਼ ਚੱਲ ਰਹੀ ਆ, ਉਹਦੀ ਆਪਾਂ ਅਪ੍ਰੈਲ ਮਹੀਨੇ ਦੇ ਟੌਪ ਕਰੰਟ ਅਫੇਅਰ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੇ ਟੌਪ ਕਰੰਟ ਅਫੇਅਰ ਕੀਤੇ ਹੋਏ ਨੇ। ਜੇਕਰ ਤੁਸੀਂ ਉਹ ਵੀਡੀਓਜ਼ ਜਾਂ ਉਹ PDF ਦੇਖਣਾ ਚਾਹੁੰਦੇ ਹੋ, ਹੈ ਨਾ, ਜਾਂ ਪੜ੍ਹਨਾ ਚਾਹੁੰਦੇ ਹੋ, ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜੀਕੇ ਅਕੈਡਮੀ ਪੰਜਾਬ ਸਰਚ ਕਰਕੇ ਡਾਊਨਲੋਡ ਕਰ ਸਕਦੇ ਹੋ। ਠੀਕ ਆ, ਤਾਂ ਜੀ ਇਹ ਵਾਲੀ ਜਿਹੜੀ ਸੀਰੀਜ਼ ਆ ਮੰਥਲੀ ਕਰੰਟ ਅਫੇਅਰ, PSSB, PPSC, ਪੰਜਾਬ ਪੁਲਿਸ ਅਤੇ ਕੋਈ ਵੀ ਪੰਜਾਬ ਸਟੇਟ ਦਾ ਕੋਈ ਵੀ ਤੁਸੀਂ ਟੈਕਨੀਕਲ ਪੇਪਰ ਦੇਣਾ ਜਿਹਦੇ ਵਿੱਚ ਕਿ ਕੁਝ ਨੰਬਰ ਦੀ GK ਕਰੰਟ ਅਫੇਅਰ ਪੁੱਛੇ ਜਾਂਦੇ ਨੇ, ਉਹਦੇ ਲਈ ਮਹੱਤਵਪੂਰਨ ਰਹਿਣਗੇ। ਠੀਕ ਆ, ਤਾਂ ਜੀ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਦੀ ਆਪਣੀ। ਤਾਂ ਜੀ ਅਪ੍ਰੈਲ ਮਹੀਨੇ ਦੇ ਜਿਹੜੇ ਆਪਾਂ ਟੌਪ ਕਰੰਟ ਅਫੇਅਰ ਦੇ ਵਿੱਚੋਂ ਮੈਨੂੰ ਟੋਟਲ 70 ਕਰੰਟ ਅਫੇਅਰ ਇੱਦਾਂ ਦੇ ਲੱਗੇ ਕਿ ਹਾਂਜੀ ਇਹ ਮੋਸਟ ਇੰਪੋਰਟੈਂਟ ਹੋ ਸਕਦੇ ਨੇ, ਕਿ ਤੁਸੀਂ ਤੁਹਾਨੂੰ ਇਹ ਯਾਦ ਹੋਣੇ ਚਾਹੀਦੇ ਨੇ। ਵੈਸੇ ਨੋਰਮਲੀ ਆਪਾਂ ਦੇਖਦੇ ਹਾਂ ਕਿ ਇੱਕ ਮਹੀਨੇ ਦੇ ਵਿੱਚ 300-400 ਇੱਦਾਂ ਦੇ ਕਰੰਟ ਅਫੇਅਰ ਆ ਜਾਂਦੇ ਨੇ। ਕਿਸੇ ਵੀ ਤੁਸੀਂ ਚੈਨਲ 'ਤੇ ਜਾਂ ਕਿਤੇ ਤੁਸੀਂ ਪੇਡ ਮੈਗਜ਼ੀਨ ਵੀ ਪਰਚੇਜ਼ ਕਰਦੇ ਹੋ ਤਾਂ ਉਹਦੇ ਵਿੱਚ 250-300 ਕਰੰਟ ਅਫੇਅਰ ਹੁੰਦੇ ਨੇ, ਪਰ ਉਹਨਾਂ ਦੇ ਵਿੱਚੋਂ ਹੀ ਮੈਂ 70 ਕਰੰਟ ਅਫੇਅਰ ਕੱਢ ਕੇ ਲੈ ਕੇ ਆਇਆ ਜਿਹੜੇ ਕਿ ਤੁਹਾਡੇ ਲਈ ਮੋਸਟ 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 ਇੰਪੋਰਟੈਂਟ ਰਹਿਣਗੇ। ਠੀਕ ਆ, ਤਾਂ ਪੇਪਰ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਲਾਸਟ 6-8 ਮਹੀਨਿਆਂ ਦੇ ਕਰੰਟ ਅਫੇਅਰ, ਖਾਸ ਕਰ ਇਹ ਵਾਲੇ ਟੌਪ ਕਰੰਟ ਅਫੇਅਰ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਆ। ਠੀਕ ਆ, 2023 ਦੇ ਵੀ ਸਾਰੇ ਸਾਲ ਦੇ ਕਰੰਟ ਅਫੇਅਰ ਦੀ PDF ਅਤੇ ਯੂਟਿਊਬ ਦੇ ਉੱਤੇ ਵੀਡੀਓ ਤੁਹਾਨੂੰ PDF ਪੱਕੀ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ। ਪਹਿਲਾ ਕੁਐਸਚਨ ਕਹਿੰਦਾ ਜੀ PHI 3 ਮਿੰਨੀ ਇੱਕ AI ਮਾਡਲ ਆ ਜਿਹੜਾ ਰੀਸੈਂਟਲੀ ਡਿਵੈਲਪ ਹੋਇਆ ਵਾ, ਉਹ ਕਹਿੰਦਾ ਜੀ ਕਿਹੜੀ ਕੰਪਨੀ ਨੇ ਇਹਨੂੰ ਡਿਵੈਲਪ ਕੀਤਾ ਵਾ? ਮਾਈਕਰੋਸੋਫਟ ਨੂੰ, ਮੈਟਾ ਨੇ, ਗੂਗਲ ਨੇ ਜਾਂ ਐਮਾਜ਼ੋਨ ਨੇ? ਤਾਂ ਜੀ ਇਹਦਾ ਸਹੀ ਆਂਸਰ ਬਣ ਰਿਹਾ ਜੀ ਏ, ਮਾਈਕਰੋਸੋਫਟ ਨੇ PHI 3 ਮਿੰਨੀ ਇੱਕ AI ਮਾਡਲ ਆ ਉਹਨੂੰ ਡਿਵੈਲਪ ਕੀਤਾ ਵਾ। ਹੁਣ ਆਪਾਂ ਚੱਲਦੇ ਹਾਂ ਜੀ ਆਪਣੇ ਦੋ ਨੰਬਰ ਕੁਐਸਚਨ ਦੇ ਉੱਤੇ। ਆਪਾਂ ਨੂੰ ਪੁੱਛਿਆ ਜਾ ਰਿਹਾ, ਕਹਿੰਦੇ ਲੋਰੀਅਸ ਸਪੋਰਟਸਮੈਨ ਆਫ ਦ ਈਅਰ ਅਵਾਰਡ 2024 ਕਿਹਨੇ ਜਿੱਤਿਆ? ਨੀਰਜ ਚੋਪੜਾ ਨੇ, ਲਿਓਨ ਮੈਸੀ ਨੇ, ਨੋਵਾਕ ਡੀਜੋਕੋਵਿਕ ਨੇ ਜਾਂ ਵਿਰਾਟ ਕੋਹਲੀ ਨੇ? ਤਾਂ ਇਹਦਾ ਬਿਲਕੁਲ ਸਹੀ ਆਂਸਰ ਨੋਵਾਕ ਡੀਜੋਕੋਵਿਕ ਨੇ ਜਿੱਤਿਆ ਵੀ ਜੀ ਲੋਰੀਅਸ ਸਪੋਰਟਸਮੈਨ ਆਫ ਦ ਈਅਰ ਅਵਾਰਡ 2024। ਠੀਕ ਆ, ਹੁਣ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਕਿ ਸਪੋਰਟਸਮੈਨ ਆਫ ਦ ਈਅਰ, ਤੁਹਾਨੂੰ ਪਤਾ ਕਿ ਟੈਨਿਸ ਦੇ ਖੇਡਦੇ ਨੇ ਇਹ, ਹੈ ਨਾ, ਨੋਵਾਕ ਡੀਜੋਕੋਵਿਕ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਨੇ, ਇਹਨਾਂ ਦਾ ਨਾਮ ਰੱਟ ਲਿਆ, ਕਿਉਂਕਿ ਜ਼ਿਆਦਾਤਰ ਅਵਾਰਡ ਜਾਂ ਜ਼ਿਆਦਾਤਰ ਵਿਨਰ ਇਹਨਾਂ ਟੂਰਨਾਮੈਂਟ ਦੇ ਇਹੀ ਹੁੰਦੇ ਨੇ, ਹੈ ਨਾ। ਤਾਂ ਸਪੋਰਟਸ ਵੂਮੈਨ ਆਫ ਦਾ ਈਅਰ ਹੈਗਾ ਜੀ ਐਤਾਨਾ ਬੋਨਮੈਟ, ਜਿਹੜੇ ਕਿ ਫੁੱਟਬਾਲ ਖੇਡਦੇ ਨੇ, ਅਤੇ ਬ੍ਰੇਕ ਥਰੂ ਆਫ ਦਾ ਈਅਰ ਜੂਡ ਬੈਲਜੀਅਮ ਫੁੱਟਬਾਲ ਦੇ। ਠੀਕ ਆ, ਤਾਂ ਜੀ ਇਹ ਦੋ ਕੁਐਸਚਨ ਹੋ ਗਏ। ਹੁਣ ਆਪਾਂ ਚੱਲਦੇ ਹਾਂ ਜੀ ਤਿੰਨ ਨੰਬਰ ਕੁਐਸਚਨ 'ਚ ਆਪਾਂ ਨੂੰ ਪੁੱਛਿਆ ਜਾ ਰਿਹਾ, ਕਹਿੰਦੇ ਜੀ ਨਿਊ ਜਨਰੇਸ਼ਨ ਦੀ ਬੈਲਿਸਟਿਕ ਮਿਜ਼ਾਈਲ Agni-P-Dash ਤੋਂ ਸਫਲਤਾਪੂਰਵਕ ਇਹਦਾ ਪ੍ਰੀਖਣ ਕੀਤਾ ਗਿਆ, ਸਕਸੈਸਫੁਲੀ ਟੈਸਟ ਫਾਇਰ ਕੀਤਾ ਗਿਆ, ਕਿੱਥੋਂ? ਪੋਖਰਨ, ਸ਼੍ਰੀਹਰੀਕੋਟਾ, APJ ਕਲਾਮ ਆਈਲੈਂਡ ਜਾਂ ਜੰਮੂ ਐਂਡ ਕਸ਼ਮੀਰ? ਤਾਂ ਤੁਸੀਂ ਦੱਸਣਾ ਜੀ ਇਹਦਾ ਕੀ ਆਂਸਰ ਬਣ ਰਿਹਾ। ਤਾਂ ਜੀ ਤੁਹਾਡਾ ਆਪਾਂ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ, ਤਾਂ ਇਹਦਾ ਸਹੀ ਆਂਸਰ ਹੈਗਾ ਜੀ ਸੀ, APJ ਕਲਾਮ ਆਈਲੈਂਡ ਤੋਂ ਇਹ ਵਾਲੀ ਜਿਹੜੀ Agni-P ਸਕਸੈਸਫੁਲੀ ਇਹਦਾ ਟੈਸਟ ਫਾਇਰ ਕੀਤਾ ਵਾ। ਠੀਕ ਆ, ਤਾਂ ਜੀ ਅੱਗੇ, ਠੀਕ ਹੈ, Agni-P ਆ ਜਿਹੜੀ ਇੱਕ ਪ੍ਰਾਈਮ, ਮਤਲਬ ਕਿ P ਦਾ ਮਤਲਬ ਪ੍ਰਾਈਮ, ਠੀਕ ਆ, ਨਿਊ ਜਨਰੇਸ਼ਨ ਦੀ ਨਿਊਕਲੀਅਰ ਕੈਪੇਬਲ ਬਲੈਸਟਿਕ ਮਿਜ਼ਾਈਲ ਆ ਜਿਹੜੀ ਡਿਵੈਲਪ ਕੀਤੀ ਆ DRDO ਨੇ। ਠੀਕ ਆ, ਇਟਸ ਐਡਵਾਂਸ ਵਰਜ਼ਨ ਆਫ Agni-CD, ਰੇਂਜ 1000 ਤੋਂ 2000 ਕਿਲੋਮੀਟਰ। ਅੱਗੇ ਆਪਾਂ ਚੱਲਦੇ ਹਾਂ, WHO ਨੇ ਹਾਲ ਹੀ ਦੇ ਵਿੱਚ ਇੱਕ ਗਲੋਬਲ ਹੈਪੇਟਾਈਟਸ ਰਿਪੋਰਟ ਜਾਰੀ ਕੀਤੀ ਆ 2024 ਦੀ, ਜਿਹਦੇ ਵਿੱਚ ਕਿ ਵਿਸ਼ਵ ਭਰ ਦੇ ਵਿੱਚ B ਅਤੇ C ਦੇ ਮਾਮਲਿਆਂ ਦੇ ਵਿੱਚ ਇੰਡੀਆ ਦਾ, ਉਹ ਕਹਿੰਦਾ ਜੀ ਰੈਂਕ ਦੱਸੋ ਕੀ ਆ, ਪਹਿਲਾ ਰੈਂਕ 'ਤੇ ਰਹੇ ਆ, ਦੂਜੇ 'ਤੇ, ਤੀਜੇ 'ਤੇ ਜਾਂ ਚੌਥੇ 'ਤੇ, ਦੱਸੋ ਜੀ।
ਤਾਂ ਜੀ ਚੌਥੇ ਦਾ ਸਹੀ ਆਂਸਰ ਬੀ ਬਣ ਰਿਹਾ ਵਾ, ਸੈਕਿੰਡ ਰੈਂਕ ਰਿਹਾ ਵਾ ਇੰਡੀਆ ਦਾ, ਠੀਕ ਆ, ਜਿਹੜਾ ਕਿ ਵਿਸ਼ਵ ਭਰ ਦੇ ਵਿੱਚ ਹੈਪਾਟਾਈਟਸ ਦੇ ਜਿਹੜੇ ਬੀ ਅਤੇ ਸੀ ਮਾਮਲਿਆਂ ਦੇ ਵਿੱਚ ਦਰਜ ਕੀਤੇ ਗਏ ਨੇ। ਠੀਕ ਆ, ਇੰਡੀਆ ਦਾ ਰੈਂਕ ਸੈਕਿੰਡ ਆ, ਜਿਹੜਾ ਆਪਾਂ ਤੁਹਾਨੂੰ ਪਹਿਲੇ ਨੰਬਰ ਦੇ ਉੱਤੇ ਚਾਈਨਾ ਦਾ ਰੈਂਕ ਆ। ਠੀਕ ਆ, 1.3 million ਡੈਥਸ ਹੋ ਰਹੀਆਂ ਨੇ ਪਰ ਈਅਰ ਦੇ ਵਿੱਚ ਡਿਊ ਟੂ ਹਾਈਪਾਟਾਈਟਸ। ਠੀਕ ਆ, ਹਾਈਪਾਟਾਈਟਸ ਕੀ ਆ ਜੀ? ਇੱਕ ਵਾਇਰਲ ਡਿਜ਼ੀਜ਼ ਆ, ਠੀਕ ਆ, ਜਿਹੜੀ ਕਿ ਇਫੈਕਟ ਕਰਦੀ ਆ ਲੀਵਰ ਨੂੰ। ਠੀਕ ਆ, ਤਾਂ 5 ਟਾਈਪ ਆਫ ਹਾਈਪਾਟਾਈਟਸ ਹੁੰਦੇ ਨੇ, ਏ ਬੀ ਸੀ ਡੀ ਈ। ਠੀਕ ਆ ਜੀ, ਇਹ ਇੰਪੋਰਟੈਂਟ ਕੁਐਸਚਨ ਬਣੂਗਾ ਪੇਪਰ ਦੇ ਲਈ, ਜ਼ਰੂਰ ਕਰ ਲਿਓ ਜੀ। ਪੰਜ ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ, ਕਹਿੰਦਾ ਜੀ ਸਿਟਵੇ ਪੋਰਟ ਹਾਲ ਹੀ ਦੇ ਵਿੱਚ ਬਹੁਤ ਜ਼ਿਆਦਾ ਖਬਰਾਂ ਦੇ ਵਿੱਚ ਆ, ਨਿਊਜ਼ ਦੇ ਵਿੱਚ ਆ, ਇਹ ਕਿਹੜੇ ਦੇਸ਼ ਦੇ ਵਿੱਚ ਸਥਿਤ ਆ? ਮਿਆਨਮਾਰ ਦੇ ਵਿੱਚ, ਇੰਡੀਆ ਦੇ ਵਿੱਚ, ਇਰਾਨ ਦੇ ਵਿੱਚ ਜਾਂ ਬਾਂਗਲਾਦੇਸ਼ ਦੇ ਵਿੱਚ? ਤਾਂ ਜੀ ਇਹਦਾ ਸਹੀ ਆਂਸਰ ਇਹ ਬਣ ਰਿਹਾ, ਮਿਆਨਮਾਰ ਦੇ ਵਿੱਚ ਇਹ ਸਥਿਤ ਆ ਜੀ। ਠੀਕ ਆ, ਇੰਡੀਆ ਟੁੱਕ ਓਵਰ ਦਾ ਓਪਰੇਸ਼ਨਸ ਆਫ ਦਾ ਇੰਟਾਇਰ ਸਿਟਵੇ ਪੋਰਟ, ਠੀਕ ਆ ਜੀ, ਬਿਲਟ ਬਾਏ ਇੰਡੀਆ, ਲੋਕੇਟਡ ਔਨ ਕਾਲਾਦਨ ਰਿਵਰ ਮਿਆਨਮਾਰ ਦਾ। ਇੰਡੀਆ ਸੈਕਿੰਡ ਓਵਰਸੀਜ਼ ਪੋਰਟ ਆਫਟਰ ਚੱਬਰ ਪੋਰਟ ਇਰਾਨ। ਅੱਗੇ ਆਪਾਂ ਚੱਲਦੇ ਹਾਂ 6 ਨੰਬਰ ਕੁਐਸਚਨ। ਪੈਰਿਸ ਓਲੰਪਿਕ 2024, ਠੀਕ ਆ, ਪੈਰਿਸ ਓਲੰਪਿਕ ਕਦੋਂ? 2024 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਜਿਊਰੀ ਮੈਂਬਰ ਦੱਸੋ ਕੌਣ ਬਣੇ ਨੇ? ਠੀਕ ਆ, ਬਿਲਕਿਸ ਮੀਰ, ਅਵਨੀ ਕੁਮਾਰੀ ਰੇਖਾ ਦੱਤਾ ਜਾਂ ਅਵਨੰਤੀ ਸਿਨਾ? ਛੇਵੇਂ ਦਾ ਸਹੀ ਆਂਸਰ ਇਹ ਆ ਜੀ, ਬਿਲਕਿਸ ਮੀਰ ਬਣੇ ਨੇ ਜੀ ਆਪਣੇ ਜੂਰੀ ਮੈਂਬਰ, ਪੈਰਿਸ ਓਲੰਪਿਕ ਦੇ ਫਸਟ ਜੂਰੀ ਮੈਂਬਰ। ਠੀਕ ਆ, ਜੰਮੂ ਐਂਡ ਕਸ਼ਮੀਰ ਤੋਂ ਨੇ। 16ਵੇਂ ਵਿੱਤੀ ਕਮਿਸ਼ਨ ਦੇ ਨਵੇਂ ਮੈਂਬਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ? ਠੀਕ ਆ, ਚੇਅਰਮੈਨ ਨਹੀਂ ਪੁੱਛਿਆ ਜਾ ਰਿਹਾ, ਇੱਕ ਨਵਾਂ ਮੈਂਬਰ ਦੇ ਵਿੱਚ ਜਿਹੜੇ ਇੱਕ ਚੇਅਰਮੈਨ ਹੁੰਦਾ ਹੈ ਨਾ, ਤਾਂ ਜਿਹੜੇ ਬਾਕੀ ਦੇ ਮੈਂਬਰਸ ਨੇ ਮੈਂਬਰਸ ਦੇ ਵਿੱਚ, ਉਹ ਕਹਿੰਦੇ ਨਿਊ ਅਪੁਆਇੰਟਡ ਮੈਂਬਰ ਕਿਹਨੂੰ ਨਿਯੁਕਤ ਕੀਤਾ ਗਿਆ? ਅਰਾਜਿਤ ਪਟੇਲ ਨੂੰ, ਅਰਵਿੰਦ ਪੰਗਾਰੀਆ ਨੂੰ, ਮਨੋਜ ਪਾਂਡਾ ਨੂੰ, ਐੱਸ ਸੁਬਰਮਨੀਅਮ? 7 ਦਾ ਸਹੀ ਆਂਸਰ ਆ ਜੀ, ਮਨੋਜ ਪਾਂਡਾ ਨਵੇਂ ਮੈਂਬਰ 16ਵੇਂ ਫਾਈਨੈਂਸ਼ ਕਮਿਸ਼ਨ ਦੇ ਵਿੱਚ ਹੁਣੇ ਹੁਣੇ ਹੋਏ ਨੇ। ਹਾਂਜੀ, ਫਾਈਨੈਂਸ ਜਿਹੜਾ ਕਮਿਸ਼ਨ ਆ ਉਹ ਕੋਨਸਟੀਟਿਊਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਇੰਡੀਆ ਦੁਆਰਾ ਅੰਡਰ ਆਰਟੀਕਲ 280। ਆਰਟੀਕਲ ਜ਼ਰੂਰ ਯਾਦ ਕਰ ਲਿਓ। ਇਟ ਡਿਫਾਈਨ ਬਿਟਵੀਨ ਦਾ ਫਾਈਨੈਂਸ਼ੀਅਲ ਰਿਲੇਸ਼ਨਸ਼ਿਪ ਬਿਟਵੀਨ ਸੈਂਟਰ ਗੌਰਮੈਂਟ ਐਂਡ ਸਟੇਟ ਗੌਰਮੈਂਟ। ਠੀਕ ਆ, ਕੰਪੋਜੀਸ਼ਨ ਇਹਦੀ ਕੀ ਆ ਜੀ? ਇੱਕ ਚੇਅਰਮੈਨ ਹੈ ਜਿਨ੍ਹਾਂ ਦਾ ਨਾਮ ਆ ਜੀ ਅਰਵਿੰਦ ਪੰਗਾਰੀਆ, ਅਤੇ 4 ਮੈਂਬਰ ਨੇ ਜਿਨ੍ਹਾਂ ਚਾਰਾਂ ਦੇ ਵਿੱਚੋਂ ਇੱਕ ਨਾਮ ਆਪਾਂ ਇਹ ਕੁਐਸਚਨ ਦੇ ਵਿੱਚ ਕੀਤਾ। ਫਸਟ ਕਮਿਸ਼ਨ ਜਿਹੜਾ ਫਾਈਨੈਂਸ ਕਮਿਸ਼ਨ ਸਟੈਬਲਿਸ਼ ਹੋਇਆ ਸੀ 1951 'ਚ। 8 ਨੰਬਰ ਕੁਐਸਚਨ, ਕਹਿੰਦੇ ਕੈਂਸਰ ਲਈ ਭਾਰਤ ਦੀ ਪਹਿਲੀ ਜੀਨ ਥੈਰੋਪੀ ਕਿਹਨੇ ਸ਼ੁਰੂ ਕੀਤੀ? ਪੀਐਮ ਮੋਦੀ ਨੇ, ਦ੍ਰੌਪਦੀ ਮੁਰਮੂ ਨੇ, ਅਮਿਤ ਸ਼ਾਹ ਨੇ ਜਾਂ ਭਗਵੰਤ ਮਾਨ? 8ਵੇਂ ਦਾ ਬਿਲਕੁਲ ਸਹੀ ਆਂਸਰ ਦ੍ਰੌਪਦੀ ਮੁਰਮੂ ਆਪਣੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਫਸਟ ਜੈਨੇ ਥੈਰੇਪੀ ਕੈਂਸਰ ਲਈ ਸ਼ੁਰੂਆਤ ਕੀਤੀ ਹੈ। ਠੀਕ ਆ, ਸੋ ਇਹਦਾ ਨਾਮ ਕੀ ਆ ਜੀ? ਇੰਡੀਆਜ਼ ਫਸਟ ਜਿਹੜਾ ਜੈਨੇ ਥੈਰੇਪੀ ਫੋਰ ਕੈਂਸਰ ਦਿਸ ਟ੍ਰੀਟਮੈਂਟ ਦਾ ਨਾਮ ਆ CAR-T ਸੈੱਲ ਥੈਰੇਪੀ। ਠੀਕ ਆ, ਲਾਂਚ ਕੀਤੀ ਆ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਤੁਹਾਨੂੰ। ਅਤੇ ਜੀ ਵਿਸ਼ਵ ਮਲੇਰੀਆ ਦਿਵਸ ਕਦੋਂ ਮਨਾਇਆ ਜਾਂਦਾ? 23 ਅਪ੍ਰੈਲ, 25 ਅਪ੍ਰੈਲ, 24 ਅਪ੍ਰੈਲ ਜਾਂ 26 ਅਪ੍ਰੈਲ? 25 ਅਪ੍ਰੈਲ ਨੂੰ ਮਨਾਇਆ ਜਾਂਦਾ ਜੀ ਵਿਸ਼ਵ ਮਲੇਰੀਆ ਦਿਵਸ। ਤਾਂ ਇਹ ਵੀ ਕੁਐਸਚਨ ਪੇਪਰ ਦੇ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ। ਹੁਣ ਜੀ ਇੰਡੀਆ ਨੇ ਏਮ ਕੀਤਾ ਕਿ ਐਲਮੀਨੇਟ ਕਰ ਦਾਂਗੇ ਮਲੇਰੀਆ ਨੂੰ ਕਦੋਂ ਤੱਕ? 2030 ਤੱਕ। ਥੀਮ ਇਹਦੀ ਕੀ ਆ ਜੀ 2024 ਦੀ? ਇਹ ਵੀ ਮੋਸਟ ਇੰਪੋਰਟੈਂਟ ਆ ਜੀ, ਐਕਸੀਲਰੇਟਿੰਗ ਦਾ ਫਾਈਟ ਅਗੇਂਸਟ ਮਲੇਰੀਆ ਫੋਰ ਏ ਮੋਰ ਇਕੁਇਟੇਬਲ ਵਰਲਡ। 10 ਨੰਬਰ ਕੁਐਸਚਨ, ਇੰਡੀਆ ਦਾ ਜਿਹੜੀ ਪਹਿਲਾ ਟ੍ਰਾਈ ਸਰਵਿਸ ਕਾਮਨ ਡਿਫੈਂਸ ਸਟੇਸ਼ਨ ਕਿਹੜੇ ਸ਼ਹਿਰ ਦੇ ਵਿੱਚ ਬਣਾਇਆ ਜਾ ਰਿਹਾ ਵਾ? ਮੁੰਬਈ 'ਚ, ਨਿਊ ਦਿੱਲੀ 'ਚ, ਪੁਣੇ 'ਚ ਜਾਂ ਸੂਰਤ 'ਚ? ਤਾਂ ਜੀ ਇੰਡੀਆ ਦਾ ਪਹਿਲਾ ਟ੍ਰਾਈ ਸਰਵਿਸ ਕਾਮਨ ਡਿਫੈਂਸ ਸਟੇਸ਼ਨ ਜਿਹੜਾ ਬਣ ਰਿਹਾ ਉਹ ਮੁੰਬਈ ਦੇ ਵਿੱਚ ਬਣ ਰਿਹਾ। ਠੀਕ ਆ, ਅੱਗੇ ਜਾ ਰਿਹਾ।
11 ਨੰਬਰ ਕਹਿੰਦੇ ਕਿਹੜੇ ਭਾਰਤੀ ਸਪੇਸ ਮਿਸ਼ਨ ਨੂੰ, ਕਿਹੜੇ ਭਾਰਤੀ ਮਿਸ਼ਨ ਨੂੰ ਪੁਲਾੜ ਖੋਜ ਲਈ ਜਿਹੜਾ ਹੁਣ ਪ੍ਰੈਸਟੀਜੀਅਸ ਜੌਨ ਐਲ ਜੈਕ ਸਵਿਗਰਟ ਜੂਨੀਅਰ ਪੁਰਸਕਾਰ ਦਿੱਤਾ ਗਿਆ ਹੁਣੇ ਰੀਸੈਂਟਲੀ ਬਾਈ USA, ਠੀਕ ਆ। ਅਤੇ ਆਦਿਤਯ L1, ਨਿਸਾਰ, ਸ਼ੁਕਰਯਾਨ ਜਾਂ ਸਾਡਾ Chandrayaan-3। ਤਾਂ ਜੀ ਇਹ ਪ੍ਰਾਈਜ਼ ਜਿਹੜਾ ਮਿਲਿਆ ਵਾ, ਇਹ ਮਿਲਿਆ ਵਾ Chandrayaan-3 ਨੂੰ। ਬਹੁਤ ਇੰਪੋਰਟੈਂਟ ਕੁਐਸਚਨ ਆ ਇਹ, ਜ਼ਰੂਰ ਕਰ ਲਿਓ। ਤਾਂ ਜੀ ਮੇਨ ਮੇਰੀ ਕੋਸ਼ਿਸ਼ ਇਹੀ ਆ ਕਿ ਜਿਹੜੇ ਮੋਸਟ ਇੰਪੋਰਟੈਂਟ ਜਿਹੜੇ ਪੇਪਰ ਲਈ, ਕਿਉਂਕਿ ਪੁਰਾਣੇ ਪੇਪਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਾਂ ਅਗਲੇ ਕਰਨੇ ਹੁੰਦੇ ਨੇ, ਹੈ ਨਾ। ਹੁਣ ਜਿਹੜੀ GK ਦਾ ਲੈਵਲ ਕਾਫੀ ਵਧੀਆ ਲੈਵਲ ਆ ਰਿਹਾ, ਤਾਂ ਕਰਕੇ ਤੁਹਾਨੂੰ ਥੋੜ੍ਹੀ ਬਹੁਤ ਡਿਟੇਲ ਦੇ ਵਿੱਚ ਐਕਸਪਲੇਨੇਸ਼ਨ ਵੀ ਕਰਨੀ ਪਏਗੀ, ਕਿਉਂਕਿ GK ਦੇ ਗਰੁੱਪ B ਦੇ ਆਪਾਂ ਜਿਹੜੇ ਪੇਪਰ PEE+B ਨਾਲ ਕੰਡਕਟ ਕੀਤੇ ਸੀ, ਆਪਾਂ ਦੇਖੇ ਸੀ ਕਿ ਉਹਦੇ ਵਿੱਚ ਕੁਛ ਕੁਐਸਚਨ, ਕਾਫੀ ਕੁਐਸਚਨ ਸਟੇਟਮੈਂਟ ਬੇਸਡ ਬਣ ਰਹੇ ਸੀ। ਤਾਂ ਜੀ ਤੁਹਾਨੂੰ ਕਰੰਟ ਅਫੇਅਰ ਦੇ ਵਿੱਚ ਵੀ ਸਟੇਟਮੈਂਟ ਬੇਸਡ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ ਗਰੁੱਪ B ਲਈ। ਹਾਂਜੀ ਗਰੁੱਪ C ਲਈ ਜ਼ਰੂਰ ਅਜੇ ਤੱਕ ਵਨ ਲਾਈਨਰ ਆ ਰਹੇ ਨੇ, ਪਰ ਜੇਕਰ ਕਿਸੇ ਗਰੁੱਪ C ਪੇਪਰ ਦਾ ਕੋਈ ਇਮਤਿਹਾਨ ਇੱਦਾਂ ਦਾ ਹੁੰਦਾ ਜਿੱਦਾਂ ਕਿ ਲੇਬਰ ਇੰਸਪੈਕਟਰ ਦਾ ਪੇਪਰ, ਵੈਸੇ ਗਰੁੱਪ C ਆ, ਹੈ ਨਾ, ਪਰ ਫਿਰ ਵੀ ਜੇਕਰ ਉਹਦੇ ਵਿੱਚ ਵਧੀਆ ਲੈਵਲ ਦੀ ਕੁਐਸਚਨ ਉਹ ਪੁੱਛਣੇ, ਤਾਂ ਉਹਦੇ ਵਿੱਚ ਵੀ ਕੁਛ ਕੁਐਸਚਨ ਉਹ ਸਟੇਟਮੈਂਟ ਬੇਸਡ ਕਰ ਸਕਦੇ ਹਨ। ਤਾਂ ਤੁਸੀਂ ਆਪਣੀ ਤਿਆਰੀ ਨੂੰ ਪੂਰੀ ਤਰ੍ਹਾਂ ਨਾਲ ਇਸ ਤਰ੍ਹਾਂ ਰੱਖਣਾ, ਕਿਉਂਕਿ ਪੇਪਰ ਦੇ ਵਿੱਚ ਜੇਕਰ 30 ਨੰਬਰ ਦੀ ਵੀ GK ਪੁੱਛੀ ਜਾਂਦੀ ਆ, ਤਾਂ ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੁੰਦੀ ਆ। ਇੱਦਾਂ ਨਹੀਂ ਹੁੰਦਾ ਕਿ 30 ਦੇ ਵਿੱਚੋਂ ਤੁਸੀਂ ਸਾਰੇ ਦੇ ਸਾਰੇ ਨੰਬਰ ਲੈ ਕੇ ਆ ਸਕਦੇ ਹੋ, ਪਰ 30 ਦੇ ਵਿੱਚੋਂ ਜਿਹੜਾ ਬੱਚਾ 20-22 ਸਕੋਰ ਕਰ ਜਾਂਦਾ ਵਾ, ਉਹਦੇ ਮੈਰਿਟ 'ਚ ਆਉਣ ਦੀ ਸੰਭਾਵਨਾ ਬਹੁਤ ਵਧੀਆ ਹੋ ਜਾਂਦੀ ਆ, ਜੇਕਰ ਉਹ ਬਾਕੀ ਦੇ ਸਬਜੈਕਟ ਦੇ ਵਿੱਚ ਬਹੁਤ ਵਧੀਆ ਵਾ। ਕਿਉਂਕਿ ਬਾਕੀ ਦੇ ਜਿਹੜੇ ਸਬਜੈਕਟ ਹੁੰਦੇ ਨੇ ਉਹਨਾਂ 'ਚੋਂ ਨੰਬਰ ਲੈਣੇ ਸੌਖੇ ਹੁੰਦੇ ਨੇ, ਇਹਦੇ 'ਚੋਂ ਨੰਬਰ ਲੈਣੇ ਔਖੇ ਹੁੰਦੇ ਨੇ, ਇਹਦੇ ਵਿੱਚੋਂ 20-22 ਨੰਬਰ ਲੈਣੇ ਵੀ ਕਈ ਵਾਰ ਬਹੁਤ ਔਖੇ ਹੋ ਜਾਂਦੇ। ਇਹ ਪੇਪਰ ਦਾ ਲੈਵਲ ਡਿਸਾਈਡ ਕਰਦਾ ਹੁੰਦਾ ਕਿ ਪੇਪਰ ਦੇ ਵਿੱਚ ਕਿੱਦਾਂ ਦਾ ਲੈਵਲ ਆਉਂਦਾ ਵਾ। ਜਿੱਦਾਂ ਕਿ ਪਟਵਾਰੀ ਦਾ ਪੇਪਰ ਹੁਣੇ ਰੀਸੈਂਟਲੀ ਜਿਹੜਾ ਪਿੱਛੇ ਜੇ ਹੋਇਆ ਸੀ, ਹੈ ਨਾ, 2023 ਦੇ ਵਿੱਚ, ਉਹ 'ਚ ਬਹੁਤ ਸੌਖੀ GK ਸੀ, ਉਹ ਕਰ ਰਹੇ ਸੀ। ਉਹ ਜੇਕਰ ਆਪਣੇ 30 ਨੰਬਰ ਦਾ ਆ ਰਿਹਾ, 25 ਨੰਬਰ ਦਾ ਆ ਰਿਹਾ, ਤਾਂ ਉਹਦੇ ਵਿੱਚੋਂ ਆਰਾਮ ਨਾਲ 20-22 ਸਵਾਲ ਹੱਲ ਹੋ ਰਹੇ ਸੀਗੇ, ਹੈ ਨਾ। ਤਾਂ ਲਗਭਗ ਹਰੇਕ ਬੱਚੇ ਤੋਂ ਹੱਲ ਹੋ ਰਹੇ ਸੀ, ਪਰ ਜਿਹੜਾ ਬੱਚਾ ਉਹਦੇ ਵਿੱਚ 3+ ਹੋਰ ਕਰਿਆ ਆ, ਉਹ ਮੈਰਿਟ ਦੇ ਵਿੱਚ ਅੱਗੇ ਚਲਾ ਗਿਆ। ਪਰ ਉਹ 3+ ਉਹ ਬੱਚੇ ਦੇ ਤਾਂ ਹੋਣਗੇ ਜੇਕਰ ਆਪਾਂ ਡਿਟੇਲ ਦੇ ਵਿੱਚ ਉਹ ਚੀਜ਼ ਨੂੰ ਪੜ੍ਹੀ ਹੋਊਗੀ, ਠੀਕ ਆ। ਤਾਂ ਸਭ ਤੋਂ ਪਹਿਲਾਂ ਜਿਹੜੇ ਹਿਸਟਰੀ ਪੋਲਿਟੀ ਹੋ ਗਿਆ ਤੁਹਾਡਾ, ਅਤੇ ਹੁਣ ਅੱਜ ਕੱਲ੍ਹ ਇਕਨੋਮਿਕਸ ਵੀ ਆ ਰਹੀ ਆ, ਹੈ ਨਾ, ਅਤੇ ਪੰਜਾਬ GK ਹੋ ਗਿਆ, ਕਰੰਟ ਅਫੇਅਰਸ, ਇਹਨਾਂ ਨੂੰ ਡਿਟੇਲ ਦੇ ਵਿੱਚ ਕਰੋ, ਤਾਂ ਤੁਹਾਡੇ ਨੰਬਰ ਪੱਕਾ ਇਹਦੇ ਵਿੱਚੋਂ ਵਧੀਆ ਪਰਸੈਂਟੇਜ 70-80% ਤੁਸੀਂ ਨੰਬਰ ਸਿਰਫ GK ਦੇ ਵਿੱਚੋਂ ਲੈ ਸਕਦੇ ਹੋ, ਠੀਕ ਆ। ਅੱਗੇ ਚੱਲਦੇ ਹਾਂ। 12 ਨੰਬਰ ਕੁਐਸਚਨ ਕਹਿੰਦੇ ਰੂਬਿਨ ਆਬਜ਼ਰਵੇਟਰੀ LSST, ਠੀਕ ਆ, ਲਾਰਜ ਸਿਨੋਪਿਟ ਸਰਵੇ ਟੈਲੀਸਕੋਪ ਕੈਮਰਾ, ਵਿਸ਼ਵ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਵਾ ਜਿਹੜਾ, ਇਹ ਕਿਹੜੇ ਦੇਸ਼ 'ਚ ਬਣਾਇਆ ਜਾ ਰਿਹਾ? ਚਾਈਨਾ, ਇੰਡੀਆ 'ਚ, ਚੀਲ ਦੇ ਵਿੱਚ, ਜਾਂ ਚਾਈਨਾ ਦੇ ਵਿੱਚ, ਜਾਂ ਅਮੈਰੀਕਾ ਦੇ ਵਿੱਚ? 12 ਨੰਬਰ ਕੁਐਸਚਨ, 12 ਨੰਬਰ ਕੁਐਸਚਨ ਦਾ ਚੀਲ ਦੇ ਵਿੱਚ ਬਣਾਇਆ ਜਾ ਰਿਹਾ ਵਾ ਇਹ ਵਰਲਡ ਦਾ ਲਾਰਜੈਸਟ ਡਿਜੀਟਲ ਕੈਮਰਾ। ਅੱਗੇ ਆਪਾਂ ਚੱਲਦੇ ਹਾਂ। ਕਹਿੰਦੇ ਮਿਆਮੀ ਓਪਨ ਟੈਨਿਸ 2024 ਵਿੱਚ ਜਿਹੜਾ ਹੁਣੇ ਰੀਸੈਂਟਲੀ ਪੁਰਸ਼ਾਂ ਦਾ ਸਿੰਗਲ ਖਿਤਾਬ ਕਿਹਨੇ ਜਿੱਤਿਆ? ਨੋਵਾਕ ਡੀਜੋਕੋਵਿਕ ਨੇ ਜਿੱਤਿਆ, ਰੋਹਾਨ ਬੋਪੰਨਾ ਨੇ ਜਿੱਤਿਆ, ਮੈਥਿਊ ਇਬਡਨ ਨੇ ਜਿੱਤਿਆ, ਜਾਂ ਜੈਨਿਕ ਸਿਨਰ ਨੇ ਜਿੱਤਿਆ? 13ਵੇਂ ਦਾ ਸਹੀ ਆਂਸਰ ਡੀ ਆ ਜੀ, ਜੈਨਿਕ ਸਿਨਰ ਨੇ ਇਹ ਵਾਲਾ ਖਿਤਾਬ ਜਿੱਤਿਆ ਵਾ। ਸ਼ੋਪੇਨ ਜਨਜਾਤੀ ਹਾਲ ਹੀ ਦੇ ਵਿੱਚ ਖਬਰਾਂ ਦੇ ਵਿੱਚ ਹੈ, ਇਹ ਮੁੱਖ ਤੌਰ 'ਤੇ ਕਿਹੜੇ ਖੇਤਰ ਦੇ ਵਿੱਚ ਰਹਿੰਦੀ ਆ, ਠੀਕ ਆ, ਪ੍ਰਾਇਮਰੀ ਕਿਹੜੇ ਰੀਜਨ ਦੇ ਵਿੱਚ ਰਹਿੰਦੀ ਆ, ਠੀਕ ਆ। ਸ਼ੋਪੇਨ ਟ੍ਰਾਈਬ ਆ ਜਿਹੜੀ, ਗ੍ਰੇਟ ਨਿਕੋਬਰ ਆਈਲੈਂਡ, ਠੀਕ ਆ, ਨੇਟਰਾਨੀ ਆਈਲੈਂਡ, ਲਕਸ਼ਦੀਪ ਆਈਲੈਂਡ, ਜਾਂ ਡੀਓ ਆਈਲੈਂਡ? 14ਵੇਂ ਦਾ ਸਹੀ ਆਂਸਰ ਸਾਡੇ ਕੋਲ ਇਹ ਆ ਰਿਹਾ ਜੀ, ਗ੍ਰੇਟ ਨਿਕੋਬਰ ਆਈਲੈਂਡ। 15 ਨੰਬਰ ਕੁਐਸਚਨ, ਠੀਕ ਆ, ਹੁਣ ਇਹ ਕਿਉਂ ਜ਼ਿਆਦਾ ਨਿਊਜ਼ ਦੇ ਵਿੱਚ ਆ? ਕਿਉਂਕਿ ਇਹਦੀ ਪਾਪੂਲੇਸ਼ਨ ਵੈਸੇ ਸਿਰਫ 229 ਸੀ 2011 'ਚ, ਠੀਕ ਆ। ਤਾਂ ਇਹਨਾਂ ਨੇ ਕਾਸਟ ਕੀਤੀ ਆ ਪਹਿਲੀ ਲੋਕ ਸਭਾ ਇਲੈਕਸ਼ਨ ਵੋਟ, ਤਾਂ ਕਰਕੇ ਇਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਆ, ਤਾਂ ਇਹ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਪਤਾ।
ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕਿਹੜੀ ਕੰਪਨੀ ਨੇ ਹਾਲ ਹੀ ਦੇ ਵਿੱਚ T-SAT-1A ਉਪਗ੍ਰਹਿ ਲਾਂਚ ਕੀਤਾ? ਰਿਲਾਇੰਸ, ਪੇਟੀਐਮ, ਸਕਾਈਰੂਟ ਐਰੋਸਪੇਸ ਜਾਂ ਟਾਸਲ? 15ਵੇਂ ਦਾ ਸਹੀ ਆਂਸਰ ਸਾਡੇ ਕੋਲ ਡੀ ਆਰ ਹੈ, ਠੀਕ ਹੈ। ਟਾਸਲ ਨੇ T-SAT-1A ਸੈਟੇਲਾਈਟ ਰੀਸੈਂਟਲੀ ਲਾਂਚ ਕੀਤਾ, ਠੀਕ ਆ। T-SAT-1A ਅਰਥ ਅਬਜ਼ਰਵੇਸ਼ਨ ਸੈਟੇਲਾਈਟ ਹੈ। ਇਟ ਵਿਲ ਡਿਲੀਵਰ ਹਾਈ ਰੈਜੋਲੇਸ਼ਨ ਆਪਟੀਕਲ ਸੈਟੇਲਾਈਟ ਇਮੇਜ ਦੇਊਗਾ। ਲਾਂਚ ਕੀਤਾ ਇਹ ਟਾਟਾ ਐਡਵਾਂਸ ਸਿਸਟਮ ਲਿਮਿਟਡ, ਠੀਕ ਹੈ, TSL ਦੀ ਜਿਹੜੀ ਫੁੱਲ ਫੋਰਮ ਆ। 16 ਨੰਬਰ ਕੁਐਸਚਨ, ਕਿਹੜੇ ਦੇਸ਼ ਨੇ 2024 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਸਾਰਿਆਂ ਤੋਂ ਵੱਧ ਮੈਡਲ ਜਿੱਤੇ ਨੇ? ਬਹੁਤ ਇੰਪੋਰਟੈਂਟ ਕੁਐਸਚਨ ਆ, ਇਹਨੂੰ ਸਟਾਰ ਮਾਰਕ ਕਰ ਲਿਓ। ਪੱਕਾ ਕਿਸੇ ਨਾ ਕਿਸੇ ਪੇਪਰ 'ਚ 2024 ਦੇ ਵਿੱਚ ਆਏਗਾ। ਇੰਡੀਆ ਨੇ ਜਿੱਤਿਆ, ਜਪਾਨ ਨੇ ਜਿੱਤਿਆ, ਕਜ਼ਾਕਿਸਤਾਨ ਨੇ ਜਿੱਤਿਆ ਜਾਂ ਚਾਈਨਾ ਨੇ ਜਿੱਤਿਆ? 16ਵੇਂ ਦਾ ਸਹੀ ਆਂਸਰ ਬੀ ਆ, ਜਪਾਨ ਨੇ ਸਭ ਤੋਂ ਵੱਧ ਮੈਡਲ ਜਿੱਤੇ ਆ ਜੀ ਇਹਦੇ ਵਿੱਚ। ਤਾਂ ਹੋਸਟ ਸਿਟੀ ਹੈ ਜੀ ਸੀਗੀ ਜੀ ਵਿਸ਼ੇਕ ਕਰਾਇਜਿਸਤਾਨ ਮੈਡਲ ਟੈਲੀ, ਠੀਕ ਆ। ਤਾਂ ਮੈਡਲ ਟੈਲੀ ਦੇ ਵਿੱਚ ਨੰਬਰ 1 ਜਪਾਨ ਆ, ਜਿਨ੍ਹਾਂ ਨੇ ਕਿ 18 ਮੈਡਲ ਜਿੰਦੇ। ਇੰਡੀਆ ਦਾ ਰੈਂਕ 9ਵਾਂ ਰਿਹਾ, ਇਹ ਜ਼ਰੂਰ ਕਰ ਲਿਓ, ਠੀਕ ਆ। ਜਿਹਦੇ ਵਿੱਚ 4 ਸਿਲਵਰ ਜਿੱਤੇ ਇੰਡੀਆ ਨੇ ਅਤੇ 5 ਬਰੋਂਜ ਜਿੱਤੇ ਨੇ। 17 ਨੰਬਰ ਕੁਐਸਚਨ, ਦੁਨੀਆ ਦੇ ਪਹਿਲੇ ਹੈ ਨਾ ਓਮ ਸ਼ੇਪ ਦਾ ਜਿਹੜਾ ਟੈਂਪਲ ਆ ਇਨੈਗੂਰੇਟ ਕੀਤਾ ਕਿਹੜੇ ਰਾਜ 'ਚ? ਰਾਜਸਥਾਨ, ਯੂਪੀ, ਬਿਹਾਰ ਜਾਂ ਕੇਰਲਾ? ਇੰਡੀਆ ਦਾ ਜਿਹੜਾ ਪਹਿਲਾ ਓਮ ਸ਼ੇਪਡ ਟੈਂਪਲ ਆ ਉਹ ਕਿੱਥੇ ਹੋਇਆ ਵਾ ਜੀ? ਯੂਪੀ ਦੇ ਵਿੱਚ ਇਨੈਗੂਰੇਟ ਕੀਤਾ ਵਾ। ਬਹੁਤ 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 ਇੰਪੋਰਟੈਂਟ ਕੁਐਸਚਨ ਆ ਵਾ ਜੀ ਇਹ। ਤਾਂ ਜੀ ਚੱਲਦੇ ਹਾਂ ਆਪਾਂ ਅੱਗੇ। ਸੋਰੀ, ਇਹਦਾ ਬਣ ਰਿਹਾ ਜੀ ਰਾਜਸਥਾਨ, ਠੀਕ ਆ ਜੀ। ਰਾਜਸਥਾਨ ਦੇ ਵਿੱਚ ਕੀਤਾ, ਯੂਪੀ 'ਚ ਨਹੀਂ ਕੀਤਾ ਵਾ। ਵਰਲਡ ਦਾ ਜਿਹੜਾ ਪਹਿਲਾ ਓਮ ਸ਼ੇਪਡ ਟੈਂਪਲ ਆ, ਠੀਕ ਆ, ਕਰ ਲਿਓ ਜ਼ਰੂਰ। ਪਾਲੀ ਦੇ ਵਿੱਚ ਰਾਜਸਥਾਨ ਟੈਂਪਲ ਨੇਮ ਓਮਕਾਰ, ਠੀਕ ਆ, ਜ਼ਰੂਰ ਕਰ ਲਿਓ, ਇੰਪੋਰਟੈਂਟ ਕੁਐਸਚਨ ਰਹੇਗਾ ਜੀ ਇਹ ਵੀ। ਅੱਗੇ ਆਪਾਂ ਚੱਲਦੇ ਹਾਂ ਜੀ। ਭਾਰਤ ਦਾ ਪਹਿਲਾ ਜਿਹੜਾ ਮਲਟੀਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਕਿਹੜੇ ਰਾਜ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ? ਗੁਜਰਾਤ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਜਾਂ ਪੰਜਾਬ? ਤਾਂ ਜੀ ਇੰਡੀਆ ਦਾ ਜਿਹੜਾ ਪਹਿਲਾ ਮਲਟੀਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਇਨੈਗੂਰੇਟ ਕੀਤਾ ਗਿਆ ਵਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ। ਅੱਗੇ ਚੱਲਦੇ ਹਾਂ ਜੀ। ਨਵਾਂ ਮੈਨਿਨਜਾਈਟਸ ਵੈਕਸੀਨ ਰੋਲ ਆਊਟ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਬਣ ਗਿਆ ਵਾ? ਇੰਡੀਆ, ਫਰਾਂਸ, ਨਾਈਜੀਰੀਆ ਜਾਂ ਪਾਕਿਸਤਾਨ? ਤਾਂ ਜੀ 19ਵਾਂ ਦਾ ਸਹੀ ਆਂਸਰ ਬਣਿਆ ਜੀ ਨਾਈਜੀਰੀਆ। ਅੱਗੇ ਚੱਲਦੇ ਹਾਂ ਜੀ 20 ਨੰਬਰ ਕੁਐਸਚਨ ਤੇ। ਤਾਂ ਜੀ ਇੱਕ ਤੁਸੀਂ ਕਰ ਸਕਦੇ ਹੋ, ਠੀਕ ਆ, ਡਿਟੇਲ ਐਕਸਪਲੇਨੇਸ਼ਨ ਆਪਾਂ ਦਿੱਤੀ ਆ, ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਆ। ਤਾਂ ਬੱਚੇ ਕਹਿੰਦੇ ਆ ਕਿ ਵੀਡੀਓ ਘੱਟ ਸਮੇਂ ਦੇ ਵਿੱਚ ਮਤਲਬ ਕੰਪਲੀਟ ਕਰੋ, ਕਿਉਂਕਿ ਬਾਅਦ ਵਿੱਚ PDF ਤੁਹਾਨੂੰ ਆਪਾਂ ਦੇ ਦੇਣੀ ਹੁੰਦੀ ਆ, ਤਾਂ PDF ਤੋਂ ਤੁਸੀਂ ਪੜ੍ਹ ਸਕਦੇ ਹੋ ਉਹਨੂੰ। ਭਾਰਤ ਦੀ ਪਹਿਲੀ ਹਾਈਬ੍ਰਿਡ ਪਿੱਚ ਦਾ ਉਦਘਾਟਨ ਕਿਹੜੇ ਸ਼ਹਿਰ ਦੇ ਵਿੱਚ ਕੀਤਾ ਗਿਆ ਜੀ? ਗੁਜਰਾਤ ਦੇ ਵਿੱਚ, ਹਿਮਾਚਲ ਪ੍ਰਦੇਸ਼ 'ਚ, ਕੋਲਕਾਤਾ 'ਚ ਜਾਂ ਮੋਹਾਲੀ 'ਚ? ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਈਬ੍ਰਿਡ ਪਿੱਚ ਦਾ ਉਦਘਾਟਨ ਕੀਤਾ ਗਿਆ। ਕਿੱਥੇ ਕੀਤਾ ਗਿਆ ਜੀ? ਹਿਮਾਚਲ ਪ੍ਰਦੇਸ਼ ਦੇ ਵੀ ਧਰਮਸ਼ਾਲਾ ਦੇ ਵਿੱਚ, ਠੀਕ ਹੈ, ਧਰਮਸ਼ਾਲਾ ਕ੍ਰਿਕਟ ਸਟੇਡੀਅਮ। ਨਾਇਫ ਨਾਮਕ ਕਿਤਾਬ ਦਾ ਲੇਖਕ ਕੌਣ ਆ? ਚੇਤਨ ਭਗਤ, ਗੀਤਾਂਜਲੀ ਸ਼੍ਰੀ, PC ਚਾਵਲਾ ਜਾਂ ਸਲਮਾਨ ਰਸ਼ਦੀ? ਤਾਂ ਇਹਦਾ ਸਹੀ ਆਂਸਰ ਬਣ ਰਿਹਾ ਜੀ 21ਵੇਂ ਦਾ ਡੀ, ਸਲਮਾਨ ਰਸ਼ਦੀ। ਅੱਗੇ ਆਪਾਂ ਚੱਲਦੇ ਹਾਂ ਜੀ 22 ਨੰਬਰ ਕੁਐਸਚਨ ਤੇ। ਦੁਨੀਆ ਦਾ ਸਭ ਤੋਂ ਵੱਡਾ ਰਿਨਿਊਵਲ ਐਨਰਜੀ ਪਾਰਕ ਕਿਹੜੇ ਰਾਜ 'ਚ ਸਥਾਪਿਤ ਕੀਤਾ ਗਿਆ ਜੀ? ਪੰਜਾਬ 'ਚ, ਰਾਜਸਥਾਨ 'ਚ, ਗੁਜਰਾਤ 'ਚ ਜਾਂ ਗੋਆ ਦੇ ਵਿੱਚ? ਤਾਂ ਤੁਸੀਂ ਦੱਸਣਾ ਜੀ ਇਹਦਾ ਕਿਹੜਾ ਆਂਸਰ ਬਿਲਕੁਲ ਸਹੀ ਬਣ ਰਿਹਾ। 22ਵੇਂ ਦਾ ਬਣ ਰਿਹਾ ਜੀ ਗੁਜਰਾਤ। ਗੁਜਰਾਤ ਦੇ ਵਿੱਚ ਸਥਾਪਿਤ ਕੀਤਾ ਗਿਆ ਲਾਰਜੈਸਟ ਰਿਨਿਊਵਲ ਐਨਰਜੀ ਪਾਰਕ। ਅੱਗੇ ਚੱਲਦੇ ਹਾਂ 23 ਨੰਬਰ ਕੁਐਸਚਨ ਤੇ। ਖਾਵੜਾ, ਗੁਜਰਾਤ ਦੇ ਵਿੱਚ ਕਿਹੜਾ ਬੈਂਕ ਲਕਸ਼ਦੀਪ ਵਿੱਚ ਬ੍ਰਾਂਚ ਖੋਲ੍ਹਣ ਵਾਲਾ ਪਹਿਲਾ ਪ੍ਰਾਈਵੇਟ ਬੈਂਕ ਬਣਿਆ? HDFC ਬੈਂਕ, ਐਕਸਿਸ ਬੈਂਕ, ICICI ਬੈਂਕ ਜਾਂ ਯੈਸ ਬੈਂਕ?
23rd ਦਾ ਏ ਬਣ ਰਿਹਾ ਜੀ ਐਚ ਡੀ ਐਫ ਸੀ ਬੈਂਕ ਆ ਜਿਹੜਾ ਫਸਟ ਪ੍ਰਾਈਵੇਟ ਓਪਨ ਟੂ ਬੈਂਕ ਇਨ ਬ੍ਰਾਂਚ ਇਨ ਲਕਸ਼ਦੀਪ। ਕਿਸ ਨੂੰ ਆਈ ਸੀ ਸੀ ਪੁਰਸ਼ ਟੀ ਟਵੈਂਟੀ ਵਿਸ਼ਵ ਕੱਪ 2024 ਦਾ ਰਾਜਦੂਤ ਬਣਿਆ ਅੰਬੈਸਡਰ ਬਣਿਆ ਜੀ ਯੁਵਰਾਜ ਸਿੰਘ, ਐੱਮ ਐੱਸ ਧੋਨੀ, ਗੌਤਮ ਗੰਭੀਰ ਜਾਂ ਵਿਰਾਟ ਕੋਹਲੀ। ਜਿਹੜਾ ਆਈ ਸੀ ਸੀ ਮੈਨਸ ਟੀ ਟਵੈਂਟੀ ਵਰਲਡ ਕੱਪ ਆ ਜਿਹੜਾ ਜੂਨ 'ਚ ਚੱਲ ਰਿਹਾ ਇਸ ਟਾਈਮ, ਤਾਂ ਇਹ ਯੁਵਰਾਜ ਸਿੰਘ ਇਹਦੇ ਬ੍ਰੈਂਡ ਅੰਬੈਸਡਰ ਨੇ, ਠੀਕ ਆ। ਯੂ ਐੱਸ ਏ ਅਤੇ ਵੈਸਟ ਇੰਡੀਜ਼ ਦੇ ਵਿੱਚ ਖੇਡਿਆ ਜਾ ਰਿਹਾ ਹੈ। ਦਾ ਆਈਡੀਆ ਆਫ ਡੈਮੋਕ੍ਰੇਸੀ ਨਾਮ ਦੀ ਕਿਤਾਬ ਕਿਹਨੇ ਲਿਖੀ ਆ? ਅਜੀਤ ਸ਼ਰਮਾ ਨੇ, ਗੀਤਾਂਜਲੀ ਸ਼੍ਰੀ, ਰਾਹੁਲ ਕੁਮਾਰ ਜਾਂ ਸੈਮ ਪਿਟਰੋਡਾ। 25th ਦਾ ਡੀ ਆ ਜੀ ਆਪਣਾ ਸੈਮ ਪਿਟਰੋਡਾ ਨੇ ਲਿਖੀ ਆ। 26 ਨੰਬਰ ਕੁਸ਼ਚਨ ਕਹਿੰਦਾ ਜੀ ਆਕਾਸ਼ ਤੀਰ ਹਵਾਈ ਸੁਰੱਖਿਆ ਪ੍ਰਣਾਲੀ ਕਿਹਨੇ ਵਿਕਸਿਤ ਕੀਤੀ? ਡੀ ਆਰ ਡੀ ਓ ਨੇ, ਬੇਲ ਨੇ, ਹਾਲ ਨੇ ਜਾਂ ਸੇਲ ਨੇ? ਜਿਹੜੀ ਆਕਾਸ਼ ਤੀਰ ਏਅਰ ਡਿਫੈਂਸ ਸਿਕਿਉਰਿਟੀ ਸਿਸਟਮ ਆ ਇਹ ਕੀਤਾ ਜੀ ਬੇਲ ਨੇ, ਬੀ ਐੱਚ ਈ ਐੱਲ ਨੇ। ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਜਿਹੜੀ ਮੌਜੂਦਾ ਇਸ ਟਾਈਮ ਦੇ ਅਪ੍ਰੈਲ ਦੇ ਵਿੱਚ ਜਿਹੜੀ ਆਰ ਬੀ ਆਈ ਨੇ ਨਿਰਧਾਰਤ ਕੀਤਾ ਰੈਪੋ ਰੇਟ ਕਿੰਨਾ ਵਾ ਜੀ? 6.5, 4.5, 6.6 ਜਾਂ 7.0? ਤਾਂ ਇਹ ਰੇਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਆ। ਜਿਵੇਂ ਜਿਵੇਂ ਚੇਂਜ ਹੁੰਦੇ, 6.5% ਨਿਰਧਾਰਤ ਕੀਤੀ ਗਈ ਆ, ਠੀਕ ਆ, ਜ਼ਿਆਦਾ ਚੇਂਜ ਨਹੀਂ ਕੀਤੀ ਇਹਨਾਂ ਨੇ। ਤਾਂ ਜੀ ਰੈਪੋ ਰੇਟ 6.5% ਆ, ਰਿਵਰਸ ਰੈਪੋ ਰੇਟ 3.35% ਆ, ਮਾਰਜਨਲ ਸਟੈਂਡਿੰਗ ਫੈਸਿਲਿਟੀ ਐੱਮ ਐੱਸ ਐੱਫ ਹੈਗਾ 6.75%, ਸੀ ਆਰ ਆਰ ਕੈਸ਼ ਰਿਜ਼ਰਵ ਰੇਸ਼ੀਓ ਹੈਗਾ 4.5%, ਐੱਸ ਆਰ ਆਰ ਜਿਹੜਾ ਆਲਵੇਜ਼ 18% ਹੀ ਰਹਿੰਦਾ ਵਾ ਮੋਸਟਲੀ। ਅੱਗੇ ਚੱਲਦੇ ਹਾਂ ਜੀ ਆਪਾਂ ਅੱਗੇ ਅੱਗੇ ਕਹਿੰਦੇ ਆ ਜੀ ਪਾਰਾਦੀਪ ਪੋਰਟ ਆ ਜਿਹੜਾ ਇੰਡੀਆ ਦਾ ਜਿਹੜਾ ਮੇਜਰ ਪੋਰਟ ਆ 2023-24 ਦੇ ਵਿੱਚ ਭਾਰਤ ਦੇ ਪ੍ਰਮੁੱਖ ਕਾਰਗੋ ਹੈਂਡਲਿੰਗ ਪੋਰਟ ਦੇ ਵਜੋਂ ਉਭਰਿਆ ਵਾ ਇਹ। ਕਿਹੜੇ ਰਾਜ 'ਚ ਸਥਿਤ ਆ? ਗੁਜਰਾਤ 'ਚ, ਤ੍ਰਿਪੁਰਾ 'ਚ, ਉੜੀਸਾ 'ਚ ਜਾਂ ਕੇਰਲਾ ਦੇ ਵਿੱਚ? 28 ਦਾ ਸਹੀ ਰਾਜ ਬਣ ਰਿਹਾ ਜੀ ਸੀ, ਉੜੀਸਾ ਦੇ ਵਿੱਚ ਇਹ ਸਥਿਤ ਆ। ਯੂਪੀ ਦਾ ਪਹਿਲਾ ਗਲਾਸ ਸਕਾਈਵਾਕ ਬ੍ਰਿਜ ਆ ਜਿਹੜਾ ਉਹ ਕਿੱਥੇ ਬਣ ਰਿਹਾ ਜੀ? ਮਿਰਜ਼ਾਪੁਰ ਦੇ ਵਿੱਚ, ਸੋਨ ਭਦਰਾ ਦੇ ਵਿੱਚ, ਬੰਡਲ ਖੰਡ ਦੇ ਵਿੱਚ ਜਾਂ ਚਿੱਤਰਕੂਟ ਦੇ ਵਿੱਚ? ਤਾਂ ਇਹ ਬਣ ਰਿਹਾ ਜੀ ਚਿੱਤਰਾਕੂਟ ਦੇ ਵਿੱਚ, ਡੀ ਆਪਸ਼ਨ ਇਹਦੀ ਬਿਲਕੁਲ ਸਹੀ ਬਣ ਰਹੀ ਆ। 30 ਨੰਬਰ ਕੁਸ਼ਚਨ ਕਿਸ ਦੇਸ਼ ਨੇ ਸੋਨੇ ਦੀ ਬੈਗਡ ਕਰੰਸੀ ਪੇਸ਼ ਕੀਤੀ ਜਿਸ ਦਾ ਨਾਮ ਜ਼ਿਗ ਹੈ? ਜ਼ਿੰਬਾਬਵੇ, ਯੂਕਰੇਨ, ਯੂਕੇ ਜਾਂ ਇੰਡੀਆ? 30ਵੇਂ ਦਾ ਸਹੀ ਆਂਸਰ ਇਹ ਆ ਜੀ ਜ਼ਿੰਬਾਬਵੇ ਨੇ ਗੋਲਡ ਬੈਗਡ ਕਰੰਸੀ ਲਾਂਚ ਕੀਤੀ ਹੈ ਜਿਹਦਾ ਨਾਮ ਆ ਜ਼ਿਗ। ਹਾਲ ਹੀ ਦੇ ਵਿੱਚ ਭਾਰਤ ਨੇ ਬ੍ਰਹਮੋਸ ਮਿਸਾਈਲ ਦਾ ਪਹਿਲਾ ਬੈਚ ਕਿਸ ਦੇਸ਼ ਨੂੰ ਦਿੱਤਾ ਹੈ? ਇੰਡੋਨੇਸ਼ੀਆ, ਫਿਲੀਪੀਨਸ, ਨੇਪਾਲ ਜਾਂ ਭੂਟਾਨ? 31st ਦਾ ਸਹੀ ਆਂਸਰ ਬੀ ਆ ਜੀ ਫਿਲੀਪੀਨਸ ਨੂੰ ਦਿੱਤਾ ਗਿਆ ਜੀ ਫਸਟ ਬੈਚ ਆਫ ਬ੍ਰਹਮੋਸ ਮਿਸਾਈਲ। ਅੱਗੇ ਚੱਲਦੇ ਹਾਂ ਜੀ ਕਹਿੰਦੇ ਕੈਲੈਸਟੋ ਹੇਠ ਦੇਖੇ ਗ੍ਰਹਿਆਂ ਦੇ ਵਿੱਚੋਂ ਕਿਸ ਗ੍ਰਹਿ ਦਾ ਪਲੈਨਟ ਆ? ਠੀਕ ਆ ਜੀ ਅਰਥ, ਜੁਪੀਟਰ, ਮਾਰਸ ਜਾਂ ਯੂਰੇਨਸ? ਤਾਂ ਇਹ ਹੈਗਾ ਜੀ ਜੁਪੀਟਰ ਦਾ ਮੂਨ ਆ ਜੀ ਇਹ। ਤਾਂ ਜੀ ਇਹਦੇ ਬਾਰੇ ਆਪਾਂ ਡਿਟੇਲ ਐਕਸਪਲੇਨੇਸ਼ਨ ਥੋੜ੍ਹੀ ਜਿਹੀ ਐਡ ਕੀਤੀ ਆ, ਠੀਕ ਆ। ਰਿਸਰਚਰ ਨੇ ਡਿਸਕਵਰ ਕੀਤੀ ਆ ਐਗਜ਼ਿਸਟੈਂਸ ਆਫ ਓਜ਼ਨ ਔਨ ਕੈਲੈਸਟੋ, ਠੀਕ ਹੈ। ਓਜ਼ਨ 03, ਇਟ ਇਜ਼ ਏ ਪੇਲ ਬਲੂ ਗੈਸ। ਕੈਲੈਸਟੋ ਆ ਜਿਹੜੀ ਆ ਉਹ ਜੁਪੀਟਰ ਦਾ ਸੈਕਿੰਡ ਲਾਰਜੈਸਟ ਮੂਨ ਆ, ਥਰਡ ਲਾਰਜੈਸਟ ਮੂਨ ਇਨ ਅਵਰ ਸੋਲਰ ਸਿਸਟਮ, ਠੀਕ ਆ। ਇਟਸ ਅਬਾਊਟ ਦਾ ਸੇਮ ਸਾਈਜ਼ ਐਜ਼ ਮਰਕਰੀ, ਮਰਕਰੀ ਦੇ ਬਰਾਬਰ ਇਹਦਾ ਸਾਈਜ਼ ਆ। ਵਿੱਚ ਟੈਨਿਸ ਪਲੇਅਰ ਬਿਕਮ ਦਾ ਓਲਡੈਸਟ ਨੰਬਰ 1 ATP ਰੈਂਕਿੰਗ ਹਿਸਟਰੀ, ਠੀਕ ਹੈ। ਕੈਸਪਰ ਰੋਡ, ਰੋਜ਼ਰ ਫੈਡਰਰ, ਨੋਵਾਕ ਡੀਜੇਕੋਵਿਕ ਜਾਂ ਨਾਨਾ ਸੇ? ਤਾਂ ਜੀ ਟੈਨਿਸ ਨਾਲ ਰਿਲੇਟਡ ਜ਼ਿਆਦਾਤਰ ਦੇ ਵਿੱਚ ਆਂਸਰ ਤੁਸੀਂ ਦੇਖੋ ਕਿ
80% ਕੁਐਸਚਨ ਜਿਹੜੇ ਬਣ ਰਹੇ ਨੇ ਜਾਂ ਕੋਈ ਵੀ ਬਣ ਰਿਹਾ ਤਾਂ ਉਹ 'ਚ ਨਵਾਕ ਡੀਜੇ ਕੌਪਿਕ ਦਾ ਹੀ ਨਾਮ ਆ ਰਿਹਾ ਤਾਂ ਸੀ ਆਂਸਰ ਇਹਦਾ ਬਿਲਕੁਲ ਸਹੀ ਆ। ਜਲ ਸੈਨਾ ਦੇ ਅਗਲੇ ਮੁਖੀ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ? ਅਨੁਜ ਕੁਮਾਰ, ਆਰ ਹਰੀ ਕੁਮਾਰ, ਕ੍ਰਿਸ਼ਨਾ ਸਵਾਮੀਨਾਥਨ, ਦਿਨੇਸ਼ ਕੁਮਾਰ ਤ੍ਰਿਪਾਠੀ। 34 ਦਾ ਸਹੀ ਆਂਸਰ ਬਣ ਰਿਹਾ ਡੀ, ਦਿਨੇਸ਼ ਕੁਮਾਰ ਤ੍ਰਿਪਾਠੀ ਆ ਜਿਹੜੇ ਅਗਲੇ ਚੀਫ ਹੋਣਗੇ ਨਾਵਲ ਸਟਾਫ ਦੇ, ਠੀਕ ਆ, ਜਲ ਸੈਨਾ ਦੇ। ਤਾਂ ਜੀ ਰੀਸੈਂਟ ਜਿਹੜੀਆਂ ਅਪੁਆਇੰਟਮੈਂਟ ਹੋਈਆਂ ਵਾਈਸ ਐਡਮਾਇਰ ਦਿਨੇਸ਼ ਕੇ ਤ੍ਰਿਪਾਠੀ ਆਪਾਂ ਤੁਹਾਨੂੰ ਦੱਸਦਾ ਜਿਹੜੇ ਰਿਪਲੇਸ ਕਰਨਗੇ ਆਰ ਹਰੀ ਕੁਮਾਰ ਨੂੰ। ਵਾਈਸ ਚੀਫ ਜਿਹੜੇ ਨਾਵਲ ਸਟਾਫ ਦੇ ਨੇ ਉਹ ਹੈਗੇ ਨੇ ਕ੍ਰਿਸ਼ਨਾ ਸਵਾਮੀਨਾਥਨ। 29ਵੇਂ ਚੀਫ ਇੰਡੀਅਨ ਆਰਮੀ ਦੇ ਇਸ ਟਾਈਮ ਮਨੋਜ ਪਾਂਡੇ ਨੇ। ਅਤੇ ਜੇਕਰ ਆਪਾਂ ਗੱਲ ਕਰੀਏ ਵਾਈਸ ਚੀਫ ਆਫ ਇੰਡੀਅਨ ਆਰਮੀ ਉਪੇਂਦਰਾ ਦਿਵੇਦੀ ਨੇ। ਚੀਫ ਆਫ ਏਅਰ ਸਟਾਫ ਹੈਗਾ ਵਿਵੇਕ ਰਾਮ ਚੌਧਰੀ। ਡੈਪਟੀ ਚੀਫ ਆਫ ਏਅਰ ਸਟਾਫ ਹੈਗਾ ਅਮਰਪ੍ਰੀਤ ਸਿੰਘ। ਠੀਕ ਆ, ਸਾਰੇ ਯਾਦ ਹੋਣੇ ਚਾਹੀਦੇ ਆ ਤੁਹਾਨੂੰ। ਮੈਡਮ ਤੁਸ਼ਾਦ ਮਿਊਜ਼ੀਅਮ ਦੁਬਈ ਦੇ ਵਿੱਚ ਮੋਮ ਦਾ ਬੁੱਤ ਲਗਾਉਣ ਵਾਲਾ ਪਹਿਲਾ ਦੱਖਣ ਭਾਰਤੀ ਅਦਾਕਾਰ ਕੌਣ ਆ? ਪਹਿਲਾ ਸਾਊਥ ਇੰਡੀਅਨ ਐਕਟਰ ਜਿਹਨੇ ਕਿ ਦੁਬਈ ਦਾ ਜਿਹੜਾ ਮਸ਼ਹੂਰ ਮਿਊਜ਼ੀਅਮ ਆ ਮੈਡਮ ਤੁਸ਼ਾਦ ਮਿਊਜ਼ੀਅਮ, ਤਾਂ ਉਹਦੇ ਵਿੱਚ ਇਹਦਾ ਮੋਮ ਦਾ ਬੁੱਤ ਲੱਗਿਆ। ਰਵੀ ਤੇਜਾ, ਪ੍ਰਭਾਸ, ਆਲੂ ਅਰਜਨ ਜਾਂ ਯਸ਼? 35 ਦਾ ਸਹੀ ਆਂਸਰ ਸੀ ਆ ਜੀ, ਆਲੂ ਅਰਜਨ ਦਾ ਵੈਕਸ ਲੱਗਿਆ ਵਾ, ਵੈਕਸ ਸਟੈਚੂ ਲੱਗਿਆ ਵਾ ਇਸ ਮਿਊਜ਼ੀਅਮ ਦੇ ਵਿੱਚ। ਗਗਨ ਸ਼ਕਤੀ 2024 10 ਦਿਨਾਂ ਦਾ ਅਭਿਆਸ ਕਿਹਨੇ ਕਰਾਇਆ? ਇੰਡੀਅਨ ਨੇਵੀ, ਇੰਡੀਅਨ ਆਰਮੀ, ਇੰਡੀਅਨ ਏਅਰਫੋਰਸ ਜਾਂ ਜੁਆਇੰਟਲੀ ABNC? ਤਾਂ ਇਹਦਾ ਸਹੀ ਆਂਸਰ ਡੀ ਆ ਜੀ। ਤਾਂ ਜੀ ਤਿੰਨੇ ਫੋਰਸ ਨੇ ਗਗਨ ਸ਼ਕਤੀ 2024 ਦਾ ਜਿਹੜਾ 10 ਦਿਨਾਂ ਦਾ ਜਿਹੜਾ ਸੋਰੀ ਤਿੰਨਾਂ ਨੇ ਇੰਡੀਅਨ ਏਅਰਫੋਰਸ ਨੇ, ਠੀਕ ਆ ਜੀ। ਸੀ ਆਂਸਰ ਇਹਦਾ ਸਹੀ ਆ, ਕਿਹਨੇ ਕੰਡਕਟ ਕੀਤਾ ਵਾ ਜੀ ਗਗਨ ਸ਼ਕਤੀ 2024 10 ਦਿਨ ਦੀ ਐਕਸਰਸਾਈਜ਼? ਇੰਡੀਅਨ ਏਅਰਫੋਰਸ, ਸੀ ਆਂਸਰ ਇਹਦਾ ਬਿਲਕੁਲ ਸਹੀ ਆ। ਅੱਗੇ ਚੱਲਦੇ ਹਾਂ ਜੀ ਹੁਣ ਆਪਾਂ। ਅਤੇ ਸ਼ੋਕੇਸ ਕੀਤਾ ਇਹਨਾਂ ਨੇ ਜਿਹੜਾ MiG-21 ਇੰਡੀਆ ਦਾ ਜਿਹੜਾ ਫਸਟ ਸੁਪਰਸੋਨਿਕ ਫਾਈਟਰ ਆ ਇਹਨੂੰ ਇਹਨਾਂ ਨੇ ਮਤਲਬ ਕਿ ਸ਼ੋਕੇਸ ਕੀਤਾ ਇਹਦੇ ਵਿੱਚ। ਕਿਸ ਸੰਸਥਾ ਨੇ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਫਾਈਡ ਦਰਜਾ ਪ੍ਰਾਪਤ ਸ਼ਤਰੰਜ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ? IIT ਮਦਰਾਸ, RBI, IIT ਬੋਂਬੇ, IIT ਕਾਨਪੁਰ। 37 IIT ਮਦਰਾਸ ਨੇ ਇੰਟਰਨੈਸ਼ਨਲ ਚੈੱਸ ਫੈਡਰੇਸ਼ਨ ਫਾਈਡ ਰੇਟਡ ਚੈੱਸ ਟੂਰਨਾਮੈਂਟ ਦੀ ਉਹ ਕੀਤੀ ਆ। ਕਿਹੜੀ ਸੰਸਥਾ ਗੈਰ ਕਾਨੂੰਨੀ ਲੋਨ ਐਪਸ ਦੀ ਜਾਂਚ ਕਰਨ ਲਈ ਡਿਜੀਟਲ ਇੰਡੀਆ ਟਰੱਸਟ ਏਜੰਸੀ ਕਰਨ ਦੀ ਯੋਜਨਾ ਬਣਾ ਰਹੀ ਹੈ? ਨਾਬਾਰਡ, ਸੇਬੀ, SBI ਜਾਂ RBI? 38 ਦਾ ਸਹੀ ਆਂਸਰ RBI ਬਣਾ ਰਹੀ ਹੈ ਚੈੱਕ ਇਲੀਗਲ ਲੋਨ ਐਪਸ ਨੂੰ ਮਤਲਬ ਟਰੈਕ ਕਰਨ ਲਈ। ਅੱਗੇ ਚੱਲਦੇ ਆ ਜੀ। 2023 ਦੇ ਵਿੱਚ ਗਲੋਬਲ ਮਿਲਟਰੀ ਖਰਚਿਆਂ ਦੇ ਵਿੱਚ ਇੰਡੀਆ ਦਾ ਸਥਾਨ ਕਿਹੜਾ ਰਿਹਾ? 1, 3, 5 ਜਾਂ 4? ਤਾਂ ਜੀ 4 ਨੰਬਰ 'ਤੇ ਰਹੀ ਆ ਗਲੋਬਲ ਮਿਲਟਰੀ ਸਪੈਂਡਿੰਗ ਦੇ ਵਿੱਚ। ਪਹਿਲੇ ਨੰਬਰ 'ਤੇ ਕੌਣ ਰਿਹਾ? USA। ਕ੍ਰਿਟੀਕਲ ਮਿਨਰਲ ਸਮਿਟ 2024 ਦੀ ਮੇਜ਼ਬਾਨੀ ਕਿੱਥੇ ਕੀਤੀ ਗਈ ਹੈ? ਨਿਊ ਦਿੱਲੀ, ਮੁੰਬਈ, ਪੁਣੇ ਜਾਂ ਜੈਪੁਰ ਦੇ ਵਿੱਚ? 40 ਦਾ ਸਹੀ ਆਂਸਰ ਏ ਆ ਜੀ, ਨਿਊ ਦਿੱਲੀ ਦੇ ਵਿੱਚ ਕੀਤੀ ਗਈ ਹੈ। ਮਿਨਿਸਟਰੀ ਆਫ ਮਾਈਨਸ ਨੇ ਇਹ ਕੀਤੀ ਆ। ਇੰਡੀਆ ਦੀ ਜਿਹੜੀ ਪਹਿਲੀ AI, ਠੀਕ ਹੈ, ਆਰਟੀਫਿਸ਼ਲ ਇੰਟੈਲੀਜੈਂਸ 'ਤੇ ਆਧਾਰਿਤ ਫਿਲਮ ਕਿਹੜੀ ਆ? ਡੋਰੀ, ਰੋਬਟ, ਨੈਕਸਟ ਜਨ ਜਾਂ ਇਰਾ? 41 ਦਾ ਸਹੀ ਆਂਸਰ ਡੀ ਆ ਜੀ, ਇਰਾ ਹੈਗੀ ਆ ਜੀ ਇੰਡੀਆ ਦੀ ਪਹਿਲੀ AI ਬੇਸਡ ਫਿਲਮ। ਸੰਯੁਕਤ ਰਾਸ਼ਟਰ ਪਲਾਸਟਿਕ ਸੰਧੀ 'ਤੇ ਅੰਤਰ ਸਰਕਾਰੀ ਗੱਲਬਾਤ ਕਮੇਟੀ INC 4 ਦੀ ਚੌਥੀ ਮੀਟਿੰਗ ਕਿੱਥੇ ਹੋਈ? ਪੈਰਿਸ, ਫਰਾਂਸ, ਲੰਡਨ UK, ਨਿਊ ਦਿੱਲੀ ਜਾਂ ਓਟਾਵਾ ਕੈਨੇਡਾ? ਤਾਂ ਇਹਦਾ ਡੀ ਆਂਸਰ ਆ ਜੀ, ਓਟਾਵਾ ਕੈਨੇਡਾ ਦੇ ਵਿੱਚ ਹੋਈ ਆ। ਡੀ ਆਂਸਰ ਬਿਲਕੁਲ ਸਹੀ ਆ, 43 ਨੰਬਰ ਕੁਐਸਚਨ ਦੇ ਉੱਤੇ ਆ ਰਹੀ। ਹੈਵਨਲੀ ਆਈਲੈਂਡ ਆਫ ਗੋਆ ਨਾਮ ਦੀ ਕਿਤਾਬ ਕਿਹਨੇ ਜਾਰੀ ਕੀਤੀ? PM ਮੋਦੀ, PS ਸ਼੍ਰੀਧਰਨ ਪਿਲਾਈ ਜਾਂ ਰਾਜੇਸ਼ ਸੂਰੀ?
43rd ਦਾ ਸਹੀ ਆਨਸਰ ਸੀ ਆ ਜੀ ਪੀਐਸ ਸ਼੍ਰੀਧਰਨ ਪਿੱਲਾਈ ਨੇ ਕੀਤੀ ਆ। ਹਾਲ ਹੀ ਦੇ ਵਿੱਚ ਐਸਟ੍ਰੋਨੋਮਿਕਲ ਸੋਸਾਇਟੀ ਆਫ ਇੰਡੀਆ ਮਤਲਬ ਕਿ ASI ਤੋਂ ਇਸ ਸਮੇਂ ਪ੍ਰਸਟੀਜੀਅਸ ਆਰਿਆਭੱਟ ਪੁਰਸਕਾਰ ਅਵਾਰਡ ਕਿਹਨੂੰ, ਇਹ ਬਹੁਤ ਇੰਪੋਰਟੈਂਟ ਕੁਸ਼ਚਨ ਆ ਜੀ, ਠੀਕ ਹੈ ਜੀ, ਕਿਹਨੂੰ ਮਿਲਿਆ ਵਾ ਜੀ ਇਹ 44ਵੇਂ ਦਾ ਸਹੀ ਆਨਸਰ ਇਹ ਆ ਜੀ, ਠੀਕ ਆ ਜੀ, ਪਵੁਲਰੀ ਸੁਬਾ ਰਾਓ ਨੂੰ ਮਿਲਿਆ ਵਾ, ਇਹ ਬਹੁਤ ਇੰਪੋਰਟੈਂਟ ਕੁਸ਼ਚਨ ਆ। ਅੱਗੇ ਚੱਲਦੇ ਹਾਂ ਜੀ ਆਪਾਂ 45 ਨੰਬਰ ਕੁਸ਼ਚਨ 'ਤੇ। 45 ਨੰਬਰ ਕੁਸ਼ਚਨ 'ਚ ਪੁੱਛਿਆ ਕਹਿੰਦਾ UPI 'ਤੇ ਕ੍ਰੈਡਿਟ ਕਾਰਡ ਨੂੰ ਪ੍ਰਮੋਟ ਕਰਨ ਲਈ IPL 2024 ਦੇ ਵਿੱਚ ਲਿੰਕ ਇਟ ਫੋਰਗੈਟ ਮੁਹਿੰਮ ਕਿਵੇਂ ਸ਼ੁਰੂ ਕੀਤੀ, RBI ਨੇ, ਸਿੱਬੀ ਨੇ, ਨਾਬੜ ਨੇ ਜਾਂ ਰੂਪੇ ਨੇ। ਤਾਂ ਜੀ ਇਹ ਜਿਹੜੀ ਯੋਜਨਾ ਸ਼ੁਰੂ ਕੀਤੀ ਇਹ ਰੂਪੇ ਨੇ ਕੀਤੀ ਆ। ਅੱਗੇ ਚੱਲਦੇ ਹਾਂ ਜੀ, NSG ਦੇ ਡਾਇਰੈਕਟਰ ਜਨਰਲ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ, ਅਦਿੱਤਿਆ ਸ਼ਰਮਾ, ਰਵੀ ਕੁਮਾਰ, ਨਲਿਨ ਪ੍ਰਭਾਤ ਜਾਂ ਰੋਹਨ ਕੁਮਾਰ। 46 ਦਾ ਸਹੀ ਆਨਸਰ ਨਲਿਨ ਪ੍ਰਭਾਤ ਹੈ। ਕਿਸ ਸੰਸਥਾ ਨੇ ਕੋਵਿਨੈੱਟ ਇੱਕ ਗਲੋਬਲ ਨੈੱਟਵਰਕ ਆਫ ਕਰੋਨਾ ਵਾਇਰਸ ਲਾਂਚ ਕੀਤਾ, RBI ਨੇ, UNICEF ਨੇ, WHO ਨੇ ਜਾਂ FAO ਨੇ। ਤਾਂ WHO ਨੇ ਕੋਵਿਨੈੱਟ ਨਾਮ ਦਾ ਇੱਕ ਗਲੋਬਲ ਨੈੱਟਵਰਕ ਫਾਰ ਕਰੋਨਾ ਵਾਇਰਸ ਜਾਰੀ ਕੀਤਾ ਵਾ। ਕਿਸ ਸ਼ਹਿਰ ਨੇ 16ਵੇਂ ਵਰਲਡ ਫੀਚਰ ਐਨਰਜੀ ਸਮਿਟ 2024 ਦੀ ਮੇਜ਼ਬਾਨੀ ਕੀਤੀ, ਆਬੂਧਾਬੀ, ਪੈਰਿਸ, ਦੁਬਈ ਜਾਂ ਲੰਡਨ। ਤਾਂ ਜੀ ਆਬੂਧਾਬੀ ਨੇ ਜਿਹੜੇ ਆ 16ਵੇਂ ਵਰਲਡ ਫਿਊਚਰ ਐਨਰਜੀ ਸਮਿਟ ਦੀ, ਅਤੇ ਇਹਦਾ ਮਤਲਬ ਥੀਮ ਕੀ ਆ, ਡਰਾਈਵਿੰਗ ਸਸਟੇਨੇਬਲ ਐਨਰਜੀ ਸਲਿਊਸ਼ਨ। 2022 ਦੇ ਵਿੱਚ ਵਾੜਾ ਦਾ ਜਿਹੜੀ ਡੋਪਿੰਗ ਅਪਰਾਧੀਆਂ ਦੀ ਸੂਚੀ ਦੇ ਵਿੱਚ ਅਫੈਂਡਰਸ ਲਿਸਟ ਆ ਜਿਹੜੀ, ਉਹਦੇ ਵਿੱਚ ਇੰਡੀਆ ਦਾ ਦੇਸ਼, ਸੋਰੀ, ਕਿਹੜਾ ਦੇਸ਼ ਸਾਰਿਆਂ ਤੋਂ ਉੱਪਰ ਆ, ਬੰਗਲਾਦੇਸ਼, ਪਾਕਿਸਤਾਨ, USA ਜਾਂ ਇੰਡੀਆ। 49 ਦਾ D ਆ ਗਿਆ, ਇੰਡੀਆ ਸਾਰਿਆਂ ਤੋਂ ਉੱਪਰ ਇਹਦੇ ਵਿੱਚ ਜਾ ਰਿਹਾ। ਅੱਗੇ ਚੱਲਦੇ ਹਾਂ ਜੀ, ਵਿਸ਼ਵ ਟੀਕਾਕਰਨ ਹਫ਼ਤਾ ਮਤਲਬ ਵਰਲਡ ਇਮਿਊਨਾਈਜੇਸ਼ਨ ਵੀਕ 2024 ਆ ਜਿਹੜਾ, ਉਹਦਾ ਥੀਮ ਕੀ ਆ, ਵੈਕਸੀਨ ਮੈਟਰ, ਇਮਿਊਨ ਯੂਰਸੈਲਫ, ਹਿਊਮਨਲੀ ਪੋਸੀਬਲ ਜਾਂ ਇਮਿਊਨ ਅਦਰਸ। ਤਾਂ ਇਹਦਾ ਸਹੀ ਆ ਵਰਲਡ ਇਮਿਊਨਾਈਜੇਸ਼ਨ ਵੀਕ 2024 ਦਾ ਜਿਹੜਾ ਥੀਮ ਆ, ਹਿਊਮਨ ਪੋਸੀਬਲ। ਅੱਗੇ ਚੱਲਦੇ ਹਾਂ, 24-30 April 'ਚ ਇਹ ਮਨਾਇਆ ਗਿਆ। ਵਕਾਰੀ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਕਿਹਨੂੰ ਦਿੱਤਾ ਗਿਆ ਇਸ ਵਾਰ 2024 ਦੇ ਵਿੱਚ, ਕੁਮਾਰ ਸਾਨੂ, ਰਣਵੀਰ ਸਿੰਘ, ਅਮਿਤਾਭ ਬੱਚਨ ਜਾਂ ਆਸ਼ਾ ਭੋਂਸਲੇ। 55 ਦਾ ਤੁਸੀਂ ਸਹੀ ਆਨਸਰ ਦੇਣਾ ਵਾ ਜੀ, ਅਮਿਤਾਭ ਬੱਚਨ ਨੂੰ 2024 ਦਾ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ 2024 ਦਿੱਤਾ। ਕਿੰਨੇ ਭਾਰਤੀ ਆ ਜਿਹੜੇ ਕਿ ਟਾਈਮਸ ਦੀ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸੂਚੀ ਦੇ ਵਿੱਚ ਸ਼ਾਮਲ ਨੇ, 9, 13, 11 ਜਾਂ 8। 52nd ਦਾ ਸਹੀ ਆਨਸਰ D ਆ ਜੀ, D ਆਪਸ਼ਨ ਇਹਦੀ ਬਿਲਕੁਲ ਸਹੀ ਆ, ਇਹ ਵੀ ਇੰਪੋਰਟੈਂਟ ਕੁਸ਼ਚਨ ਬਣ ਰਿਹਾ ਆਉਣ ਵਾਲੇ ਪੇਪਰਾਂ ਦੇ ਵਿੱਚ। ਅੱਗੇ ਚੱਲਦੇ ਹਾਂ ਜੀ, ਅਤੇ ਜੀ ਇਹਨਾਂ 8 ਦੇ ਨਾਮ ਜ਼ਰੂਰ ਤੁਸੀਂ ਕਰ ਦਿਓ, ਠੀਕ ਆ, ਅਜੇ ਬੰਗਾ, ਸ਼ਾਕਸੀ ਮਲਿਕ, ਆਲੀਆ ਭੱਟ, ਦੇਵ ਪਟੇਲ, ਪ੍ਰੀਆ ਮਬਦਾ ਨਟਰਾਜਨ, ਆਸਮਾ ਖਾਨ, ਸੱਤਿਆ ਨਾਡੇਲਾ ਅਤੇ ਜਿਗਰ ਸ਼ਾਹ। T20 ਦੇ ਵਿੱਚ 500 ਛੱਕੇ ਮਾਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਕੌਣ ਰਿਹਾ ਵਾ ਜੀ, ਤਾਂ ਵਿਰਾਟ ਕੋਹਲੀ, MS ਧੋਨੀ, ਰੋਹਿਤ ਸ਼ਰਮਾ ਜਾਂ ਯੁਵਰਾਜ ਸਿੰਘ। 53rd ਦਾ ਸਹੀ ਆਨਸਰ C ਆ ਜੀ, ਰੋਹਿਤ ਸ਼ਰਮਾ ਰਹੇ ਨੇ T20 ਕ੍ਰਿਕਟ ਦੇ ਵਿੱਚ 500 ਛੱਕੇ ਮਾਰਨ ਵਾਲੇ। ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਨਵੇਂ MD ਵਜੋਂ ਕਿਹਨੂੰ ਚੁਣਿਆ ਗਿਆ, ਠੀਕ ਆ, ਕ੍ਰਿਸਟਨਾਇਲਾ ਜੋਰਜੀਵਾ, ਸੰਦੀਪ ਅਗਰਵਾਲ, ਗੀਤਾ ਗੋਪੀਨਾਥ ਜਾਂ ਰੋਮੀ ਨਾਇਰ। ਤਾਂ ਜੀ ਇਹ ਆਪਸ਼ਨ ਇਹਦੀ ਸਹੀ ਆ ਜੀ ਬਿਲਕੁਲ, ਠੀਕ ਆ ਜੀ, ਕ੍ਰਿਸਟਨਾਲਾ ਜੋਰਜੀਵਾ ਨੂੰ ਚੁਣਿਆ ਗਿਆ ਵਾ। ਅੱਗੇ ਚੱਲਦੇ ਆਪਾਂ 54। ਕਿਹੜੀ ਟੀਮ ਨੇ ਰਾਸ਼ਟਰੀ ਖੋ ਖੋ ਚੈਂਪੀਅਨ 2023-24 ਜਿੱਤੀ, ਪੰਜਾਬ, ਇੰਡੀਅਨ ਰੇਲਵੇ ਟੀਮ, ਮਹਾਰਾਸ਼ਟਰ ਜਾਂ ਹਰਿਆਣਾ।
55 ਦਾ ਸਹੀ ਆਂਸਰ ਸੀ ਆ ਮਹਾਰਾਸ਼ਟਰ ਨੇ ਜਿੱਤੀ ਆ ਜੀ ਨੈਸ਼ਨਲ ਖੋ ਖੋ ਚੈਂਪੀਅਨਸ਼ਿਪ 2023-24 ਦਾ ਵਿਨਰਸ ਮਾਇੰਡਸੈਟ ਥੀਮ ਵਾਲੀ ਜਿਹੜੀ ਸਿਰਲੇਖ ਵਾਲੀ ਕਿਤਾਬ ਦਾ ਲੇਖਕ ਕੌਣ ਆ ਕੇਨ ਵਿਲੀਅਮਸਨ ਸ਼ੇਨ ਵਾਟਸਨ ਸ਼ਿਖਰ ਧਵੰਜਾ ਯੁਵਰਾਜ ਸਿੰਘ ਤਾਂ ਇਹਦੇ ਆਂਸਰ ਬੀ ਆ ਜੀ ਸ਼ੇਨ ਵਾਟਸਨ ਆਸਟ੍ਰੇਲੀਆ ਦੇ ਕ੍ਰਿਕਟਰ ਇੱਦਾਂ ਦੇ ਉੱਧਰ 57th ਕੁਐਸਚਨ ਕਹਿੰਦੇ ਹਾਲ ਹੀ ਦੇ ਵਿੱਚ ਇੰਟਰਨੈਸ਼ਨਲ ਕਲਚਰ ਅਵਾਰਡ 2024 ਨਾਲ ਕਿਹਨੂੰ ਸਨਮਾਨਿਤ ਕੀਤਾ ਅੰਕਿਤਾ ਗੁਪਤਾ ਰੋਹਿਣੀ ਮਿੱਤਲ ਠੀਕ ਹੈ ਅਰਪਿਤਾ ਸਿੰਘ ਜਾਂ ਮੀਨਾ ਚੰਦਰਨ 57 ਦਾ ਸਹੀ ਆਂਸਰ ਡੀ ਆ ਜੀ ਮੀਨਾ ਚਰਨ ਦਾ ਨੂੰ ਦਿੱਤਾ ਗਿਆ ਵਾ ਇਹ ਖਿਤਾਬ ਇੰਟਰਨੈਸ਼ਨਲ ਕਲਚਰ ਅਵਾਰਡ 2024 ਵਿਸ਼ਵ ਸਾਈਬਰ ਕ੍ਰਾਈਮ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਦੱਸੋ ਕਿਹੜਾ ਵਾ 15, 11, 29 ਜਾਂ 10 ਤਾਂ ਜੀ 10ਵੇਂ ਨੰਬਰ 'ਤੇ ਰਿਹਾ ਇੰਡੀਆ ਵਰਲਡ ਸਾਈਬਰ ਕ੍ਰਾਈਮ ਇੰਡੈਕਸ ਦੇ ਵਿੱਚ ਬਲੂ ਓਰੀਜ਼ਨ ਦੇ NS-25 ਮਿਸ਼ਨ ਨਾਲ ਪੁਲਾੜ ਦੀ ਯਾਤਰਾ ਕਰਨ ਵਾਲਾ ਪਹਿਲਾ ਭਾਰਤੀ ਸੈਲਾਨੀ ਕੌਣ ਬਣਿਆ ਠੀਕ ਆ ਆਚਾਰਿਆ ਭੱਟ ਰਾਜਨ ਸਿਨਹਾ ਗੋਪੀ ਥੋਟਾਕੁਰਾ ਜਾਂ ਆਨੰਦ ਸਿਨਹਾ 59 ਦਾ ਸਹੀ ਆਂਸਰ ਤੁਸੀਂ ਦੱਸਣਾ ਜੀ 59 ਦਾ ਸਹੀ ਆਂਸਰ ਸੀ ਆ ਜੀ ਗੋਪੀ ਥੋਟਾਕੁਰਾ ਨੇ ਜਿਹੜੇ ਕਿ ਬਲਿਊ ਓਰੀਜਨ ਦੇ ਵਿੱਚ ਪਹਿਲੇ ਜਿਹੜੇ ਭਾਰਤੀ ਸੈਲਾਨੀ ਬਣੇ ਨੇ ਅੱਗੇ ਆਪਾਂ ਚੱਲਦੇ ਹਾਂ ਜੀ ਇਸਰੋ ਦੇ ਚੇਅਰਮੈਨ ਸੋਮਨਾਥ ਦੁਆਰਾ ਡੈਸ਼ ਦੁਆਰਾ ਮਲਬੇ ਰਹਿਤ ਪੁਲਾੜ ਮਿਸ਼ਨਾਂ ਨੂੰ ਪ੍ਰਾਪਤ ਕਰਨ ਦੇ ਭਾਰਤ ਦੇ ਟੀਚੇ ਦੀ ਘੋਸ਼ਣਾ ਕੀਤੀ 2025 2030 2035 ਜਾਂ 2040 ਪੰਜਾਬ ਤਾਂ ਜੀ 50 ਨੰਬਰ ਕੁਐਸਚਨ ਦੇ ਉੱਤੇ ਆਪਾਂ 60 ਨੰਬਰ ਕੁਐਸਚਨ ਦੇ ਉੱਤੇ ਆਪਾਂ ਆ ਗਏ ਹੋਏ ਹਾਂ ਤਾਂ ਸਹੀ ਆਂਸਰ 2030 ਤੱਕ ਕੀਤੇ ਗਏ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਆਕਾਸ਼ ਸਿੰਘ ਰਾਜੂ ਵਰਮਾ ਅਮਿਤ ਸ਼ਰਮਾ ਜਾਂ ਹਰਿੰਦਰ ਸਿੰਘ 61st ਦਾ ਸਹੀ ਆਂਸਰ ਹਰਿੰਦਰ ਸਿੰਘ ਨਵੇਂ ਵੂਮੈਨ ਹਾਕੀ ਟੀਮ ਦੇ ਕੋਚ ਬਣੇ ਨੈਸ਼ਨਲ ਵੂਮੈਨ ਹਾਕੀ ਇੰਡੀਆ ਦਾ ਟੀਚਾ ਕਦੋਂ ਤੱਕ ਪਰਮਾਣੂ ਊਰਜਾ ਸਮਰੱਥਾ ਨੂੰ 1,00,000 ਮੈਗਾਵਾਟ ਤੱਕ ਵਧਾਉਣ ਦਾ ਹੈ 2040 2030 2025 ਜਾਂ 2047 62ਵੇਂ ਦਾ ਸਹੀ ਆਂਸਰ ਡੀ ਆ ਜੀ 2047 ਤੱਕ ਕਿਸ ਦੇਸ਼ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਚਲਾਇਆ ਜਿਹਦਾ ਨਾਮ ਆ ਜੀ ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟਡ ਅਮਿਸ਼ਨ ਆਫ ਰੇਡੀਏਸ਼ਨ ਇੰਡੀਆ ਫਰਾਂਸ ਰੋਮਾਨੀਆ ਜਾਂ UK ਰੋਮਾਨੀਆ ਨੇ ਚਲਾਇਆ ਠੀਕ ਆ ਸੀ ਆਪਸ਼ਨ ਇਹਦੀ ਬਿਲਕੁਲ ਸਹੀ ਆ ਜੀ ਅੱਗੇ ਚੱਲਦੇ ਹਾਂ 64 ਨੰਬਰ ਕੁਐਸਚਨ ਦੇ ਉੱਤੇ ਹਾਲ ਹੀ ਦੇ ਵਿੱਚ ਕਿਹੜੇ ਦੇਸ਼ ਨੇ ਫਿਊਜ਼ਨ ਰਿਐਕਟਰ ਆਰਟੀਫਿਸ਼ੀਅਲ ਸਨ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਸਾਊਥ ਕੋਰੀਆ ਫਰਾਂਸ ਚਾਈਨਾ ਜਾਂ USA 64 ਦਾ ਸਹੀ ਆਂਸਰ ਸਾਊਥ ਕੋਰੀਆ ਬਣ ਰਿਹਾ ਜੀ 65 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹੋਏ ਹਾਂ ਸਿਰਫ 6 ਕੁਐਸਚਨ ਰਹਿ ਗਏ ਹੋਇਆ ਫਿਨਕੇਅਰ ਸਮਾਲ ਫਾਈਨੈਂਸ ਬੈਂਕ ਨਾਲ ਕਿਸ ਬੈਂਕ ਦਾ ਹੁਣੇ ਰੀਸੈਂਟਲੀ ਮਰਜ ਹੋਈ ਆ ਜੀ ਏਅਰਟੈੱਲ ਪੇਮੈਂਟ ਬੈਂਕ AU ਸਮਾਲ ਫਾਈਨੈਂਸ ਬੈਂਕ ਜਾਂ ਬੰਧਨ ਬੈਂਕ ਤਾਂ ਇਹਦਾ ਸਹੀ ਆਂਸਰ ਬੀ ਆ AU ਸਮਾਲ ਫਾਈਨੈਂਸ ਬੈਂਕ ਮਰਜ ਹੋਈ ਆ ਜੀ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਮੈਂਬਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਰਾਕੇਸ਼ ਮੋਹਨ ਆਸ਼ੂਤੋਸ਼ ਕੁਮਾਰ ਅਰਵਿੰਦਾ ਕੁਮਾਰ ਜਾਂ ਅਸ਼ੋਕ ਸਿੰਘ ਸਹੀ ਆਂਸਰ ਤੁਸੀਂ ਦੇਣਾ ਵਾ ਜੀ ਰਾਕੇਸ਼ ਮੋਹਨ ਬਣੇ ਨੇ ਜੀ ਇਸ ਸਮੇਂ ਵਰਲਡ ਬੈਂਕ ਇਕਨੋਮਿਕ ਐਡਵਾਈਜ਼ਰੀ ਦੇ ਜਿਹੜੇ ਆਪਣੇ ਐਡਵਾਈਜ਼ਰੀ ਪੈਨਲ ਦੇ ਅੱਗੇ ਚੱਲਦੇ ਹਾਂ ਜੀ ਹੁਣ ਆਪਾਂ 67 ਨੰਬਰ ਕੁਐਸਚਨ 67 ਨੰਬਰ ਕੁਐਸਚਨ 'ਚ ਪੁੱਛਿਆ ਕਹਿੰਦਾ ਇੰਡੀਆ ਦਾ ਰੋਡ ਟੂ ਰੀਨੈਂਸ ਇਹ ਵਿਜ਼ਨ ਐਂਡ ਐਨ ਏਜੰਡਾ ਸਿਰਲੇਖ ਵਾਲੀ ਜਿਹੜੀ ਕਿਤਾਬ ਆ ਉਹ ਕਿਹਨੇ ਲਿਖੀ ਆ ਜੀ ਰਸਕਿਨ ਬੌਂਡ ਨੇ ਗੀਤਾ ਸ਼੍ਰੀ ਨੇ ਬਿਮੇਸ਼ਵਰਾ ਚੱਲਾ ਨੇ ਜਾਂ ਰੀਮਾ ਨਾਇਰ ਨੇ 67 ਦਾ ਸਹੀ ਆਂਸਰ ਸੀ ਆ ਜੀ ਬਿਮੇਸ਼ਵਰਾ ਚੱਲਾ ਨੇ ਇਹ
ਕਿਤਾਬ ਲਿਖੀ ਹੈ। ਠੀਕ ਹੈ, ਨੈਕਸਟ ਚੱਲਦੇ ਹਾਂ। ਭਾਰਤ ਦੇ ਵਿੱਚ ਸਭ ਤੋਂ ਵੱਧ ਜੀ ਆਈ ਟੈਗ ਵਾਲੇ ਉਤਪਾਦਾਂ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਆ ਜੀ? ਉੜੀਸਾ, ਉੱਤਰ ਪ੍ਰਦੇਸ਼, ਗੁਜਰਾਤ ਜਾਂ ਬਿਹਾਰ? 68 ਦਾ ਬੀ ਉੱਤਰ ਪ੍ਰਦੇਸ਼ ਬਿਲਕੁਲ ਸਹੀ ਆਨਸਰ ਆ ਜੀ। 69 ਨੰਬਰ ਕੋਈ ਕਹਿੰਦਾ, ਸਟਾਰਗੇਟ ਏ ਆਈ ਸੁਪਰ ਕੰਪਿਊਟਰ ਬਣਾਉਣ ਲਈ ਕਿਹੜੀ ਕੰਪਨੀ ਓਪਨ ਏ ਆਈ ਨਾਲ ਸਹਿਯੋਗ ਕਰੇਗੀ? ਗੂਗਲ, ਮਾਈਕਰੋਸੋਫਟ, ਰਿਲਾਇੰਸ ਜਾਂ ਜੀਓ? 69 ਦਾ ਬੀ ਮਾਈਕਰੋਸੋਫਟ ਕਰੇਗੀ ਜੀ। ਫੋਰਬਸ ਵਿਸ਼ਵ ਅਰਬਪਤੀ ਦੀ ਸੂਚੀ 2024 ਦੇ ਵਿੱਚ ਸਿਖਰ ਦੇ ਉੱਤੇ ਦੱਸੋ ਜੀ ਕੌਣ ਰਿਹਾ ਵਾ? ਤਾਂ ਬਰਨਾਰਡ ਅਰਨੋਲਟ ਰਿਹਾ ਵਾ, ਜੈਫ ਬੇਜ਼ਸ ਰਹੇ ਨੇ, ਐਲਨ ਮਸਕ ਰਹੇ ਨੇ ਜਾਂ ਮੁਕੇਸ਼ ਅੰਬਾਨੀ ਰਹੇ ਨੇ? ਤਾਂ ਜੀ ਇਹ ਅੱਜ ਦਾ ਆਪਣਾ ਆਖਰੀ ਕੁਸ਼ਚਨ ਆ, 70ਵੇਂ ਦਾ ਆ। ਠੀਕ ਆ ਜੀ, ਬਰਨਾਰਡ ਅਰਨੋਲਟ ਰਹੇ ਨੇ ਆਪਣੇ ਵਰਲਡ ਬਿਲੇਨੀਅਰ ਲਿਸਟ 2024 ਦੇ ਵਿੱਚ ਸਿਖਰ ਦੇ। ਠੀਕ ਆ, ਫਸਟ ਨੰਬਰ ਦੇ ਉੱਤੇ ਬਰਨਾਰਡ ਅਰਨੋਲਟ ਰਹੇ ਨੇ ਐਂਡ ਫੈਮਿਲੀ ਫਰਾਂਸ ਦੇ ਨੇ। ਸੈਕਿੰਡ ਨੰਬਰ 'ਤੇ ਐਲਨ ਮਸਕ USA ਦੇ ਰਹੇ ਨੇ, ਅਤੇ 9ਵੇਂ ਰੈਂਕ 'ਤੇ ਰਹੇ ਨੇ ਮੁਕੇਸ਼ ਅੰਬਾਨੀ ਇੰਡੀਆ ਵੱਲੋਂ। ਤਾਂ ਜੀ ਇਹ ਸੀਗੀ ਜੀ ਅੱਜ ਦੀ ਆਪਣੀ ਕਰੰਟ ਅਫੇਅਰ ਦੀ ਕਲਾਸ। ਹੁਣ ਆਪਣੇ ਅਪ੍ਰੈਲ ਤੱਕ, ਜਨਵਰੀ ਤੋਂ ਅਪ੍ਰੈਲ ਤੱਕ ਦੇ ਟੋਪ ਕਰੰਟ ਅਫੇਅਰ ਆਪਾਂ ਤੁਹਾਨੂੰ ਕਰਵਾਤੇ ਹੋ। ਚਾਹੇ ਤੁਸੀਂ ਕਿਤੋਂ ਵੀ ਕਰੰਟ ਅਫੇਅਰਸ ਕਰ ਰਹੇ ਹੋ, ਚਾਹੇ ਕੋਈ ਮੈਗਜ਼ੀਨ ਕਰ ਰਹੇ ਹੋ ਜਾਂ ਕੋਈ ਚੈਨਲ ਫੋਲੋ ਕਰ ਰਹੇ ਹੋ, ਕਿਤੋਂ ਵੀ ਕਰੋ ਤੁਸੀਂ, ਪਰ ਇਹ ਜਿਹੜੇ ਇਹ ਵਾਲੇ ਟੋਪ ਦੇ ਕਰੰਟ ਅਫੇਅਰ ਆ ਇਹ ਜ਼ਰੂਰ ਕਰਕੇ ਜਾਇਓ, ਕਿਉਂਕਿ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਤੁਹਾਨੂੰ ਡਾਇਰੈਕਟ ਕੁਸ਼ਚਨ ਦੇਖਣ ਨੂੰ ਮਿਲ ਸਕਦੇ ਨੇ, ਕਿਉਂਕਿ ਇਹਦੇ ਵਿੱਚ ਸਿਰਫ ਅਤੇ ਸਿਰਫ ਮੇਨ ਇੰਪੋਰਟੈਂਟ ਕੁਸ਼ਚਨ ਕੀਤੇ ਨੇ। ਤਾਂ ਜੀ ਜੇਕਰ ਤੁਸੀਂ ਹੁਣ ਆਪਣੇ ਕੋਈ ਪੇਡ ਸੀਰੀਜ਼, ਠੀਕ ਹੈ ਜੀ, ਇਹ ਕਰੰਟ ਅਫੇਅਰ ਦੀ PDF ਫ੍ਰੀ ਆ, ਤੁਹਾਨੂੰ ਟੈਲੀਗ੍ਰਾਮ ਚੈਨਲ GK ਅਕੈਡਮੀ ਪੰਜਾਬ 'ਤੇ ਮਿਲ ਜਾਏਗੀ। ਅਤੇ ਜੇਕਰ ਤੁਸੀਂ ਪੇਡ ਕੰਟੈਂਟ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਇੱਕ ਆਪਾਂ ਇਹ ਵਾਲੇ ਟੋਪਿਕ ਐਡ ਕੀਤੇ ਨੇ। ਠੀਕ ਆ ਜੀ, ਸਟੈਟਿਕ GK ਦੇ ਇੰਨੇ ਕੁਸ਼ਚਨ ਨੇ, 300 ਕੁਸ਼ਚਨ ਨੇ, ਜਿਨ੍ਹਾਂ ਦਾ ਪ੍ਰਾਈਜ਼ ਹੈਗਾ 80 ਰੁਪਏ। ਠੀਕ ਆ, ਵਿਦ ਡਿਟੇਲ ਐਕਸਪਲੇਨੇਸ਼ਨ ਹੈ, ਤੁਸੀਂ ਕਰ ਸਕਦੇ ਹੋ, ਪਰਚੇਜ਼ ਕਰ ਸਕਦੇ ਹੋ। 83-608-6658 ਦੇ ਉੱਤੇ ਤੁਸੀਂ ਮੈਸੇਜ ਕਰਕੇ ਪਰਚੇਜ਼ ਕਰ ਸਕਦੇ ਹੋ। ਅਤੇ ਇੱਕ ਹੋਰ ਮੌਕ ਟੈਸਟ ਆ ਜਿਹੜੀ ਕਿ ਆਪਣੀ YouTube ਦੇ ਉੱਤੇ ਸੀਰੀਜ਼ ਚੱਲ ਰਹੀ ਆ, ਜਿਹਦਾ ਕਿ ਸਿਰਫ 50 ਰੁਪਏ ਪ੍ਰਾਈਜ਼ ਆ, ਜਿਹਦੇ ਵਿੱਚ ਕਿ 500 GK ਦੇ ਕੁਸ਼ਚਨ ਹੈ, 300 GK ਦਾ, ਉਹ ਅਲੱਗ ਨੇ। ਠੀਕ ਹੈ, ਇਹਨਾਂ ਤੋਂ ਅਤੇ 200 ਪੰਜਾਬ GK ਦਾ, ਤਾਂ ਉਹਦੀ ਸਿਰਫ ਅਤੇ ਸਿਰਫ 50 ਰੁਪੀਸ ਪ੍ਰਾਈਜ਼ ਆ। ਅਤੇ ਜੇਕਰ ਤੁਸੀਂ ਕੋਂਬੋ ਦੇ ਵਿੱਚ ਇਹ 800 ਕੁਸ਼ਚਨ ਪਰਚੇਜ਼ ਕਰੋਗੇ, ਜਿਹੜੇ ਬੱਚੇ ਨਵੇਂ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ, ਤਾਂ ਸਿਰਫ 100 ਰੁਪੀਸ 'ਚ ਤੁਹਾਨੂੰ ਮਿਲੇਗਾ। ਤਾਂ ਇਸ ਦਿੱਤੇ ਕੰਟੈਕਟ 'ਤੇ ਤੁਸੀਂ ਸੰਪਰਕ ਕਰਨਾ, 83-608-6658 ਮੈਸੇਜ ਕਰਕੇ ਤੁਸੀਂ ਪੇਮੈਂਟ ਕਰਕੇ, ਤਾਂ ਤੁਸੀਂ ਇਹ ਜਿਹੜੀ ਪੇਡ ਵਾਲੀ ਸੀਰੀਜ਼ ਆ ਉਹ ਪਰਚੇਜ਼ ਕਰ ਸਕਦੇ। ਤਾਂ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ। ਆਪਣੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ। ਧੰਨਵਾਦ ਜੀ।